ਗਾਰਾ ਢੋਕੇ ਕੋਈ ਤੇ ਸ਼ੁਕਰ ਕਰਦਾ ਤੇ ਕੋਈ ਚਲਾਉਂਦਾ ਇਹ ਹੁਕਮ ਹੰਕਾਰ ਦੇ ਨਾਲ। ਗਾਰਾ ਢੋਕੇ ਕੋਈ ਤੇ ਸ਼ੁਕਰ ਕਰਦਾ ਕੋਈ ਚਲਾਉਂਦਾ ਇਹ ਹੁਕਮ ਹੰਕਾਰ ਦੇ ਨਾਲ। ਮਤ ਬੰਦੇ ਦੀ ਗਈ ਹੈ ਕਿਉਂ ਮਾਰੀ, ਉਹ ਤਾਂ ਮਿਲਦਾ ਏ ਸਭਨਾਂ ਨੂੰ ਪਿਆਰ ਦੇ ਨਾਲ। ਕਰਦਾ ਖੁਲਕ ਹੈ ਰਾਜ ਜਹਾਨ ਅੰਦਰ, ਸਦਾ ਚੱਲਦੇ ਨਹੀਂ ਹੁਕਮ ਤਲਵਾਰ ਦੇ ਨਾਲ। ਹੱਥੋਂ ਛੱਡਿਆ ਰੱਬ ਦਾ ਜਿਨ੍ਹਾਂ ਦਾਮਨ, ਉਹ ਮਿੱਟ ਗਏ ਪਹਿਲੇ ਹੀ ਵਾਰ ਦੇ ਨਾਲ, ਉਹ ਮਿੱਟ ਗਏ ਪਹਿਲੇ ਹੀ ਵਾਰ ਦੇ ਨਾਲ। ਉਸਤਾਦ ਦਾਮਨ ਸਾਹਿਬ ਦੀਆਂ ਇਹ ਲਾਈਨਾਂ ਨੇ ਜੀ ਬਹੁਤ ਹੀ ਸੱਚਾਈ ਬਿਆਨ ਕਰਦੀਆਂ। ਇਹਨਾਂ ਲਾਈਨਾਂ ਦੇ ਨਾਲ ਮੈਂ ਹਾਜ਼ਰ ਹਾਂ ਜੀ ਜਗਤਾਰ ਸਿੰਘ ਜੱਗੀ। ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਉਮੀਦ ਕਰਦੇ ਜੀ ਤੁਹਾਡਾ ਵੀਕਐਂਡ ਵਧੀਆ ਗੁਜ਼ਰਿਆ ਹੋਏਗਾ, ਜਿਵੇਂ ਅਸੀਂ ਜਿਵੇਂ ਦਿਖਾਇਆ ਸੀਗਾ ਸਾਡੇ ਦਰਸ਼ਕਾਂ ਨੂੰ ਸ਼ਨੀਵਾਰ ਨੂੰ ਗੁਰਦੁਆਰਾ ਸਟੋਕਟਨ ਜੋ ਹੈ ਉੱਥੋਂ ਲਾਈਵ ਭਾਈ ਪਿੰਦਰਪਾਲ ਸਿੰਘ ਜੀ ਉਹਨਾਂ ਦੀ ਕਥਾ ਦਿਖਾਈ ਸੀਗੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀਗੀ। ਸੋ ਮੁੱਖ ਦੀ ਗੱਲ ਇਹ ਹੈ ਜੀ ਕਿ ਹੁਣ ਅਮੈਰੀਕਾ ਦੇ ਵਿੱਚ ਗੱਲ ਕਰੀਏ ਤਾਂ ਕਾਫੀ ਸਮਾਗਮ ਸ਼ੁਰੂ ਹੋ ਗਏ ਨੇ। ਸੋ ਤੁਸੀਂ ਵੀ ਕਿਤੇ ਸਮਾਗਮ ਕੋਈ ਕਰਨਾ ਚਾਹੁੰਦੇ ਹੋ, ਦਿਖਾਉਣਾ ਚਾਹੁੰਦੇ ਹੋ ਜਸ ਪੰਜਾਬੀ 'ਤੇ, ਤਾਂ ਜ਼ਰੂਰ ਸਾਨੂੰ ਕਾਲ ਕਰੋ। ਸੋ ਮੇਰੇ ਕਹਿਣ ਦਾ ਮਕਸਦ ਇਹ ਹੈ ਕਿ ਹੁਣ ਅੱਗੇ ਤੁਹਾਨੂੰ ਸਾਰਾ ਕੁਛ ਮਾਹੌਲ ਸੁਖਾਵਾਂ ਹੋ ਰਿਹਾ ਕਾਫੀ ਠੀਕ ਹੈ, ਅਮੈਰੀਕਾ ਦੇ ਵਿੱਚ ਮਾਹੌਲ ਸੁਖਾਵਾਂ ਹੋ ਰਿਹਾ। ਅਸੀਂ ਅਮੈਰੀਕਾ ਦੇ ਪੰਜਾਬੀ ਜਿਹੜੇ ਆ ਉਹ ਬੜੀ ਵਧੀਆ ਗੱਲਬਾਤ ਕਰ ਰਹੇ ਹਾਂ, ਬੜਾ ਵਧੀਆ ਮਾਹੌਲ ਮਹਿਸੂਸ ਹੋ ਰਿਹਾ ਇੱਥੇ ਸਾਨੂੰ। ਅਤੇ ਨਾਲ ਦੀ ਨਾਲ ਭਾਰਤ ਦੀ ਗੱਲ ਕਰੀਏ ਤਾਂ ਉੱਥੇ ਦਾ ਮਾਹੌਲ ਵੀ ਇੰਨਾ ਕੁ ਦੁੱਖ ਦਰਦ ਦੇਣ ਵਾਲਾ, ਇੰਨਾ ਕੁ ਮਤਲਬ ਕਹਿ ਸਕਦੇ ਹਾਂ ਸਟ੍ਰੈਸ ਦੇਣ ਵਾਲਾ ਮਾਹੌਲ ਉੱਥੇ ਹੈਗਾ, ਜਿਹੋ ਜਿਹਾ ਮਾਹੌਲ ਸ਼ਾਇਦ ਪਹਿਲਾਂ ਕਦੇ ਨਹੀਂ ਸੀਗਾ। ਇਹ ਮਾਹੌਲ ਐਸਾ ਮਾਹੌਲ ਹੈ ਕਿ ਜਿੱਧਰ ਦੇਖੋ ਹਾਹਾਕਾਰ ਮਚੀ ਹੋਈ ਹੈ। ਕਮਾਲ ਦੀ ਗੱਲ ਇਹ ਹੈ ਕਿ ਇਹ ਵੀ ਸ਼ਾਇਦ ਮੇਰੇ ਖਿਆਲ ਭਾਰਤ ਵਰਗੇ ਦੇਸ਼ ਦੇ ਵਿੱਚ ਹੀ ਹੁੰਦਾ ਪਹਿਲੀ ਵਾਰ ਇਹੋ ਜਿਹਾ ਮਾਹੌਲ ਹੋਣਾ ਕਿ ਇੱਕ ਪਾਸੇ ਤਾਂ ਬਿਨਾਂ ਆਕਸੀਜਨ ਤੋਂ ਮੌਤਾਂ ਹੋ ਰਹੀਆਂ ਨੇ ਜਿਨ੍ਹਾਂ ਨੂੰ ਆਕਸੀਜਨ ਨਹੀਂ ਮਿਲ ਰਹੀ, ਅਤੇ ਦੂਜੇ ਪਾਸੇ ਸਾਡੇ ਸ਼ਾਇਦ ਦਰਸ਼ਕਾਂ ਨੇ ਦੇਖੀ ਹੋਊਗੀ ਨਾਸਕ ਦੀ ਖਬਰ ਸੀਗੀ, ਇੱਕ ਨਾਸਕ ਤੋਂ ਇੱਕ ਆਕਸੀਜਨ ਦਾ ਟੈਂਕਰ ਲੀਕ ਕਰਨ ਦੇ ਨਾਲ ਆਕਸੀਜਨ ਦੇ ਨਾਲ 22 ਬੰਦੇ ਮਰ ਗਏ ਉੱਥੇ। ਇਹ ਕੁਦਰਤ ਦੇ ਰੰਗ ਨੇ ਜੀ, ਰੱਬ ਦੇ ਰੰਗ ਨੇ ਕਿ ਕਿੱਥੇ ਕੀ ਮਾਹੌਲ ਹੁੰਦਾ ਸਾਰੇ ਉਹ ਸਾਨੂੰ ਵਿਚਰਨਾ ਪੈਂਦਾ, ਸਾਨੂੰ ਦੇਖਣਾ ਪੈਂਦਾ। ਪਰ ਕਰੋਨਾ ਦੀ ਗੱਲ ਕਰੀਏ ਤਾਂ ਇਹੋ ਜਿਹਾ ਮਾਹੌਲ ਦੇਖਣਾ ਬਹੁਤਾ ਮੁਸ਼ਕਲ ਹੋਇਆ, ਬੜਾ ਮੁਸ਼ਕਲ ਹੋਇਆ ਕਿ ਸ਼ਮਸ਼ਾਨ ਘਾਟਾਂ ਦੇ ਵਿੱਚ ਲਾਈਨ ਲੱਗੀ ਹੋਈ ਡੈੱਡ ਬੋਡੀਜ਼ ਦੀ, ਗੁਰੂਗ੍ਰਾਮ ਦੇ ਵਿੱਚ ਖਾਸ ਤੌਰ 'ਤੇ, ਅਤੇ ਉੱਥੇ ਵਾਰੀ ਆਪਣੀ ਦੀ ਉਡੀਕ ਕਰ ਰਹੇ ਨੇ ਐਂਬੂਲੈਂਸ ਵਾਲੇ, 85 ਹਜ਼ਾਰ ਰੁਪਈਆ ਲੈ ਰਹੇ ਨੇ ਕਰਨ ਦਾ, ਔਰ ਬਹੁਤ ਸਾਰੇ ਜਿਹੜੇ ਬਲੈਕ ਦੇ ਵਿੱਚ ਆਕਸੀਜਨ ਹੋਸਪਿਟਲ ਵੇਚ ਰਹੇ ਨੇ। ਕਹਿਣ ਤੋਂ ਭਾਵ ਇਹ ਹੈ, ਮੁੱਕਦੀ ਗੱਲ ਇਹ ਹੈ ਕਿ ਜੋ ਭਾਰਤ ਦੇ ਵਿੱਚੋਂ ਉਮੀਦ ਕੀਤੀ ਜਾ ਸਕਦੀ ਹੈ ਉਸ ਤੋਂ ਵੀ ਜ਼ਿਆਦਾ ਬਦਤਰ ਹਾਲ, ਭੈੜੇ ਹਾਲ ਉੱਥੇ ਹੈਗੇ ਨੇ ਹੋਸਪਿਟਲਾਂ ਦੇ ਵਿੱਚ। ਪੇਸ਼ੈਂਟ ਵੈਸੇ ਜਾਂਦਾ, ਸਾਡੇ ਵੀ ਆਹ ਪਿਛਲੇ ਹਫ਼ਤੇ ਆਏ ਨੇ ਇੰਡੀਆ ਦੇ ਉੱਪਰੋਂ, ਤਾਂ ਉਹਨਾਂ ਨੇ ਆ ਕੇ ਸਭ ਤੋਂ ਪਹਿਲਾਂ ਤਾਂ ਗੁਰੂ ਘਰ ਜਾ ਕੇ ਅਤੇ ਰੱਬ ਦਾ ਸ਼ੁਕਰਾਨਾ ਕੀਤਾ ਵੀ ਅਸੀਂ ਵਾਪਸ ਆ ਗਏ। ਉਹ ਕਹਿੰਦੇ ਵੀ ਸਾਨੂੰ ਪਤਾ ਸੀ ਕਿਵੇਂ ਵਾਪਸ ਆਏ ਹਾਂ, ਮਾੜਾ ਜਿਹਾ ਬਿਮਾਰ ਹੋਏ ਸੀ ਅਤੇ ਲੈ ਜਿਉਂ ਲੈ ਗਏ ਕਿਤੇ ਦੀ ਕਿਤੇ ਲਿਜਾ ਕੇ ਉਹਨਾਂ ਨੇ, ਅਤੇ ਬੁਰਾ ਹਾਲ ਸਾਡਾ ਕਰਤਾ, ਪੈਸੇ ਉਹ। ਔਰ ਇਹ ਸੱਚੀ ਗੱਲ ਹੈ ਕਿ ਬੰਦਾ ਹਸਪਤਾਲ ਮਰੀਜ਼ ਜਾਂਦਾ ਅਤੇ 2-4 ਘੰਟਿਆਂ ਬਾਅਦ ਹੀ ਕਹਿੰਦੇ ਜੀ ਹੁਣ 50,000 ਜਮ੍ਹਾਂ ਕਰਾ ਦਿਓ ਅਤੇ ਬਾਪ ਦੀ ਬੋਡੀ ਲੈ ਜਾਓ, ਜੇ ਲਿਜਾਣੀ ਹੈ ਤਾਂ 60,000 ਜਮ੍ਹਾਂ ਕਰਾ ਦਿਓ, 80,000 ਜਮ੍ਹਾਂ ਕਰ, 1,00,000 ਜਮ੍ਹਾਂ ਕਰਾ ਦਿਓ। ਇਹ ਹਾਲ ਜਿਹੜਾ ਇੰਡੀਆ ਦਾ, ਇਹ ਭਾਰਤ ਦਾ ਬਹੁਤ ਹੀ ਭੈੜਾ ਹਾਲ ਜਿਹੜਾ ਹੈਗਾ। ਅਤੇ ਬਾਕੀ ਵੋਟਾਂ ਦਾ ਮਾਹੌਲ ਜਿਹੜਾ ਪੱਛਮੀ ਬੰਗਾਲ ਦੇ ਵਿੱਚ, ਹੋਰ 4 ਦਿਨ ਰਿਜ਼ਲਟ ਸਾਹਮਣੇ ਆ ਜਾਣੇ ਆ, ਦੇਖੋ ਕੀ ਬਣਦਾ। 5 ਰਾਜਾਂ ਦੇ ਵਿੱਚ ਜਿਹੜੀਆਂ ਵੋਟਾਂ ਹੋਈਆਂ, ਸੋ ਇਹ ਕਿਤੇ ਨਾ ਕਿਤੇ ਤਾਂ ਆਕਸੀਜਨ ਦੀ ਕਿਤੇ ਨਾ ਕਿਤੇ ਤਾਂ ਕੋਈ ਗੜਬੜ ਲੱਗਦੀ ਹੈ। ਚਲੋ ਖੈਰ, ਆਪਾਂ ਅੱਜ ਦੇ ਪ੍ਰੋਗਰਾਮ ਵਾਲੇ ਪਾਸੇ ਚੱਲਦੇ ਹਾਂ ਜੀ। ਜਿਵੇਂ ਸਿਆਣੇ ਕਹਿੰਦੇ ਆ ਜੀ, ਦੁਨੀਆ ਚੱਲੀ ਜਾਣੀ ਹੈ, ਸ਼ੋ ਮਸਟ ਗੋ ਔਨ। ਸੋ ਮੇਰਾ ਸ਼ੋ ਵੀ ਮਸਟ ਗੋ ਔਨ, ਜਿੰਨੀ ਦੇਰ ਹੈਗੇ ਹਾਂ, ਜਿੰਨੀ ਦੇਰ ਪਰਮਾਤਮਾ ਦੀ ਕਿਰਪਾ, ਉਨੀ ਦੇਰ ਤੁਹਾਡੇ 'ਚ ਵਿਚਰਦੇ ਹਾਂ। ਅੱਜ ਦੇ ਸ਼ੋਅ ਦੇ ਵਿੱਚ ਮੈਂ ਜਿਹੜੀ ਖਾਸ ਗੱਲ ਲੈ ਕੇ ਆਇਆ, ਪਿੱਛੇ ਜੇ ਸ਼ੌਕਤ ਅਲੀ ਸਾਹਿਬ ਜਿਹੜੇ ਕਿ ਅੱਲਾ ਨੂੰ ਪਿਆਰੇ ਹੋ ਗਏ, ਬਹੁਤ ਸਾਰੇ ਦਰਸ਼ਕ ਜਾਣਦੇ ਸੀਗੇ, ਮੈਂ ਵੈਸੇ ਕਾਫੀ ਦੇਰ ਪਹਿਲਾਂ ਉਹਨਾਂ ਦਾ ਪ੍ਰੋਗਰਾਮ ਕੀਤਾ ਸੀਗਾ। ਫਿਰ ਸਾਨੂੰ ਬਹੁਤ ਸਾਰੇ ਦਰਸ਼ਕਾਂ ਨੇ ਕਿਹਾ ਵੀ ਉਹਨਾਂ ਦਾ ਪ੍ਰੋਗਰਾਮ ਬਈ ਹੁਣ ਦੁਬਾਰਾ ਵੀ ਕਰਨਾ ਬਣਦਾ, ਕਿਉਂਕਿ ਉਹ ਹੁਣ ਉਹਨਾਂ ਦੀ 2 ਅਪ੍ਰੈਲ ਨੂੰ, ਪਿੱਛੇ ਲੰਘੇ 2 ਅਪ੍ਰੈਲ ਨੂੰ ਡੈੱਥ ਹੋ ਗਈ ਹੈ। ਕਾਫੀ ਲੰਬੇ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੇ ਸੀਗੇ, ਅਤੇ ਉਹਨਾਂ ਦੀ ਡੈੱਥ ਤੋਂ ਬਾਅਦ ਇਹ ਮੇਰਾ ਪਹਿਲਾ ਪ੍ਰੋਗਰਾਮ ਹੈਗਾ ਉਹਨਾਂ ਨੂੰ ਸਮਰਪਿਤ, ਉਹਨਾਂ ਨੂੰ ਸ਼ਰਧਾਂਜਲੀ ਕਹਿ ਲਓ। ਅਤੇ ਨਾਲ ਦੀ ਨਾਲ ਇਹਦੇ ਵਿੱਚ
ਗੀਤਾਂ ਦੀ ਜੇ ਗੱਲ ਕਰੀਏ, ਮੇਰੇ ਖਿਆਲ ਸਾਰੇ ਦਰਸ਼ਕ ਜਾਣਦੇ ਹੋਣਗੇ ਜਿੰਨੇ ਗੀਤ ਮੈਂ ਅੱਜ ਦਿਖਾਊਂਗਾ ਅਤੇ ਹੋਰ ਜਿਹੜੇ ਮੈਂ ਗਿਣੂੰਗਾ ਵੀ, ਸਾਰੇ ਗੀਤ ਹੀ ਉਹਨਾਂ ਦੇ ਗਾਏ ਜਿਹੜੇ ਕਿ ਪੰਜਾਬ ਦੇ ਵਿੱਚ ਬਹੁਤ ਮਸ਼ਹੂਰ ਹੋਏ। ਆਪ ਲਿਖਦੇ ਸੀ ਗੀਤ ਜ਼ਿਆਦਾ। 3 ਅਪ੍ਰੈਲ 1944 ਨੂੰ ਉਹਨਾਂ ਦਾ ਜਨਮ ਹੋਇਆ ਸੀ। ਮਲਕਪੁਰ ਪਿੰਡ ਪੈਂਦਾ, ਉੱਥੇ ਮਲਕਵਾਲ ਏਰੀਆ ਪੈਂਦਾ, ਜ਼ਿਲ੍ਹਾ ਗੁਜਰਾਤ ਦੇ ਵਿੱਚ, ਪਾਕਿਸਤਾਨ ਦੇ ਵਿੱਚ, ਉੱਥੇ ਉਹਨਾਂ ਦਾ ਜਨਮ ਹੋਇਆ ਸੀਗਾ। ਅਤੇ ਉਦੋਂ ਬਾਅਦ 1.5 ਸਾਲ ਦੇ ਸੀਗੇ ਜਦੋਂ ਕਹਿੰਦੇ ਲਾਹੌਰ ਆ ਗਏ ਉਹਨਾਂ ਦੇ ਪਿਤਾ ਜੀ, ਉੱਥੇ ਕੰਮਕਾਰ ਸ਼ੁਰੂ ਕੀਤਾ ਅਤੇ ਟੇਲਰ ਮਾਸਟਰ ਦਾ, ਅਤੇ ਨਾਲ ਨਾਲ ਫਿਰ ਉਦੋਂ ਬਾਅਦ ਜਲਦੀ ਉਹਨਾਂ ਦੀ ਡੈਥ ਹੋ ਗਈ ਸੀ ਅਤੇ ਇਹ ਗਾਇਕੀ ਦੇ ਖੇਤਰ ਦੇ ਵਿੱਚ ਪੈ ਗਏ। ਦਾਦਕੇ ਪਰਿਵਾਰ ਵੱਲੋਂ ਕੋਈ ਨਹੀਂ ਗਾਉਂਦਾ ਸੀਗਾ, ਨਾਨਕੇ ਪਰਿਵਾਰ ਵੱਲੋਂ ਗਾਇਕੀ ਦੇ ਵਿੱਚ ਸੀਗੇ, ਇਹ ਕਾਫੀ ਘਰਾਣੇ ਦੀ ਗਾਇਕ ਜਿਹਨੂੰ ਅਸੀਂ ਕਹਿੰਦੇ ਹਾਂ। ਸ਼ੌਕਤ ਅਲੀ ਸਾਹਿਬ ਦਾ ਜ਼ਿਕਰ ਇਸ ਕਰਕੇ ਵੀ ਕਰਨਾ ਬਣਦਾ, ਉਹ ਦੋਹਾਂ ਪੰਜਾਬਾਂ ਦੇ ਵਿੱਚ ਇੱਕ ਪੁਲ ਦਾ ਕੰਮ ਕਰਦੇ ਸੀ, ਪੁਲ ਦਾ ਕੰਮ ਕਰਦੇ ਸੀਗੇ ਦੋਹਾਂ ਪੰਜਾਬਾਂ ਦੇ ਵਿੱਚ, ਉੱਧਰਲੇ ਪੰਜਾਬ 'ਚ ਵੀ, ਇੱਧਰਲੇ ਪੰਜਾਬ 'ਚ ਵੀ। ਬਹੁਤ ਸਾਰੇ ਪ੍ਰੋਗਰਾਮ ਉਹਨਾਂ ਦੇ ਪੰਜਾਬ ਦੇ ਵਿੱਚ ਵੀ ਹੋਏ ਅਤੇ ਬਹੁਤ ਸਾਰੇ ਪ੍ਰੋਗਰਾਮ ਬਾਹਰਲੇ ਮੁਲਕਾਂ ਦੇ ਵੀ ਜਿਹੜੇ ਹੋਏ ਨੇ ਉਹ ਵੀ, ਇੱਧਰਲੇ ਪੰਜਾਬ ਅਤੇ ਉੱਧਰਲੇ ਪੰਜਾਬ ਤੋਂ ਕਲਾਕਾਰ ਆਉਂਦੇ ਸੀ ਅਤੇ ਪ੍ਰੋਗਰਾਮ ਹੋਏ ਨੇ ਕਾਫੀ ਜ਼ਿਆਦਾ। ਇਕਬਾਲ ਮਾਲ ਸਾਹਿਬ ਨਾਲ ਕਾਫੀ ਨੇੜਤਾ ਰਹੀ ਇਹਨਾਂ ਦੀ, ਉਹਨਾਂ ਦੇ ਕਾਫੀ, ਮੈਂ ਉਹਨਾਂ ਦੀਆਂ ਕਿਤਾਬਾਂ ਦੇ ਵਿੱਚੋਂ ਹੀ, ਉਹਨਾਂ ਦੀ ਕਿਤਾਬ ਜਿਹੜੀ ਸੁਰਾਂ ਦੇ ਸੁਦਾਗਰ ਰਹੀ ਸੀ, ਉਹਨਾਂ ਦੇ ਵਿੱਚ ਵੀ ਇਹਦਾ, ਇਹਨਾਂ ਦਾ ਜ਼ਿਕਰ ਕੀਤਾ ਉਹਨਾਂ ਨੇ ਆਪਣੇ ਸ਼ੌਕਤ ਅਲੀ ਸਾਹਿਬ ਦਾ। ਉਹਦੇ 'ਚ ਇਹੀ ਕਹਿੰਦੇ ਆ ਵੀ ਇਹ ਮੇਰੀ ਇੱਛਾ ਇਹ ਹੈ ਕਿ ਮੇਰੇ ਤੋਂ ਬਾਅਦ ਵੀ ਹੋਰ ਸ਼ੌਕਤ ਪੈਦਾ ਹੋਣ ਜੋ ਪੰਜਾਬੀ ਜ਼ੁਬਾਨ ਅਤੇ ਪੰਜਾਬ ਦੀ ਧਰਤੀ ਨੂੰ ਜਿਉਂਦਾ ਰੱਖਣ। ਕਹਿਣ ਤੋਂ ਭਾਵ ਪੰਜਾਬੀ ਦੇ ਵਿੱਚ, ਉਹਨਾਂ ਨੇ ਹਿੰਦੀ ਦੇ ਵਿੱਚ ਵੀ ਗੱਲਾਂ ਗਾਈਆਂ ਪਰ ਉਹ ਕਹਿੰਦੇ ਵੀ ਨਹੀਂ, ਮੈਨੂੰ ਜੋ ਮਜ਼ਾ ਪੰਜਾਬੀ ਦੇ ਵਿੱਚ ਗਾ ਕੇ ਆਉਂਦਾ ਆਪਣੀ ਬੋਲੀ ਦੇ ਵਿੱਚ ਗਾ ਕੇ ਆਉਂਦਾ ਅਤੇ ਮੈਂ ਉਹ ਹਿੰਦੀ ਦੇ ਵਿੱਚ, ਮੈਨੂੰ ਉਹ ਮਜ਼ਾ ਨਹੀਂ ਹੈ। ਅਤੇ ਮੈਂ ਵੀ ਉਹਨਾਂ ਦੇ 2-4 ਗੀਤ ਜਿਹੜੇ ਤੁਹਾਡੇ ਨਾਲ, 2-3 ਕੋਸ਼ਿਸ਼ ਕਰਾਂਗੇ ਜਿੰਨੇ ਕੁ ਵੀ ਸਾਂਝੇ ਹੁੰਦੇ ਆ ਤੁਹਾਡੇ ਨਾਲ ਕਰਦੇ ਹਾਂ। ਮਤਲਬ ਛੱਲਾ ਗੀਤ ਅਸੀਂ ਸੁਣਿਆ, ਅਸੀਂ ਅਕਸਰ ਪੰਜਾਬ ਦੇ ਲੋਕ ਜਿਹੜੇ ਨੇ, ਕਿਉਂਕਿ ਇਹ ਮੇਰੇ ਖਿਆਲ 1982 ਤੋਂ ਪਹਿਲਾਂ ਦੀ ਗੱਲ ਹੈ, 1982 ਦੇ ਵਿੱਚ ਗੁਰਦਾਸ ਮਾਨ ਸਾਹਿਬ ਦੀਆਂ ਕੈਸਟਾਂ ਆਉਣੀਆਂ ਸ਼ੁਰੂ ਹੋਈਆਂ ਅਤੇ ਉਹਦੇ ਛੱਲਾ ਮਸ਼ਹੂਰ ਹੋਇਆ ਸੀਗਾ ਅਤੇ ਸਾਨੂੰ ਸਭ ਨੂੰ ਇਉਂ ਲੱਗਦਾ ਸੀ ਵੀ ਇਹ ਛੱਲਾ ਗੁਰਦਾਸ ਮਾਨ ਨੇ ਗਾਇਆ ਅਤੇ ਗੁਰਦਾਸ ਮਾਨ ਦਾ ਹੀ ਛੱਲਾ ਹੋਏਗਾ। ਬਹੁਤ ਸਾਰੇ ਕਲਾਕਾਰਾਂ ਨੇ ਬਾਕੀ ਵੀ ਗਾਇਆ, ਪਰ ਇੱਧਰਲੇ ਪੰਜਾਬ ਦੀ ਗੱਲ ਕਰੀਏ ਆਪਣੇ ਵਾਲੇ ਦੀ, ਤਾਂ ਉਹ ਗੁਰਦਾਸ ਮਾਨ ਦੇ ਨਾਮ ਜਾਂਦਾ ਛੱਲਾ, ਜਾਂ ਉਹਨੂੰ ਕੋਈ ਮੋੜ ਲਿਆਓ ਮੇਰੇ ਨਾਲ ਗਿਆ ਅੱਜ ਲੜਕੇ। ਅਤੇ ਪਰ ਜਿਉਂ ਜਿਉਂ ਦਾਇਰਾ ਖੁੱਲ੍ਹਾ, ਜਿਉਂ ਜਿਉਂ ਦੁਨੀਆ ਛੋਟੀ ਹੁੰਦੀ ਗਈ, ਗਲੋਬਲੀ ਹੁੰਦੀ ਗਈ, ਜਿਉਂ ਜਿਉਂ ਇੰਟਰਨੈੱਟ ਦਾ ਜ਼ਮਾਨਾ ਆਇਆ, ਜਿਉਂ ਜਿਉਂ ਮੀਡੀਆ ਜ਼ਮਾਨਾ ਆਇਆ, ਤਾਂ ਫਿਰ ਪਤਾ ਲੱਗਿਆ ਕਿ ਬਹੁਤ ਸਾਰੇ, ਇਕੱਲਾ ਛੱਲਾ ਹੀ ਨਹੀਂ, ਹੋਰ ਵੀ ਅਨੇਕਾਂ ਗੀਤ ਐਸੇ ਨੇ ਜਿਹੜੇ ਕਿ ਪਾਕਿਸਤਾਨੀ ਗਾਇਕਾਂ ਦੁਆਰਾ ਗਾਏ ਗਏ ਅਤੇ ਬਾਅਦ ਦੇ ਵਿੱਚ ਭਾਰਤ ਦੇ ਗਾਇਕਾਂ ਨੇ, ਪੰਜਾਬ ਦੇ ਗਾਇਕਾਂ ਨੇ ਉਹਨਾਂ ਨੂੰ ਗਾਇਆ ਅਤੇ ਪੂਰੀ ਜ਼ਿੰਦਗੀ ਦੀ ਰੋਜ਼ੀ ਰੋਟੀ ਜਿਹੜੀ ਆ ਉਹਨਾਂ ਗੀਤਾਂ ਦੇ ਸਿਰ 'ਤੇ ਲੱਗੀ। ਸੋ ਛੱਲਾ ਇਹਨਾਂ ਨੇ ਆਪਣੇ ਅੰਦਾਜ਼ ਦੇ ਵਿੱਚ ਗਾਇਆ ਅਤੇ ਬਾਕੀ ਕਲਾਕਾਰ ਨੇ ਆਪਣੇ ਅੰਦਾਜ਼ ਦੇ ਵਿੱਚ। ਵੈਸੇ ਉਹ ਬਾਬੂ ਸਿੰਘ ਮਾਨ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਸ਼ਾਇਦ ਕਾਫੀ ਦੇਰ ਪਹਿਲਾਂ ਮੈਂ ਪ੍ਰੋਗਰਾਮ ਕੀਤਾ ਸੀਗਾ ਅਤੇ ਸ਼ੌਕਤ ਅਲੀ ਸਾਹਿਬ ਆਏ ਸੀ ਭਗਵੰਤ ਮਾਨ ਦੇ ਵਿਆਹ 'ਤੇ ਪਟਿਆਲੇ, ਅਤੇ ਹਫ਼ਤਾ ਕੁ ਉਦੋਂ ਇਕੱਠੇ ਰਹਿਣ ਦਾ ਮੌਕਾ ਮਿਲਿਆ ਅਤੇ ਬਾਬੂ ਸਿੰਘ ਮਾਨ ਨੇ, ਗੱਲ ਬੜੀ ਆਉਂਦੀ ਉਹਨਾਂ ਨੂੰ ਵੀ, ਬਹੁਤ ਗੱਲ ਆਉਂਦੀ ਆ, ਕਿਤੇ ਮਹਿਫਲ 'ਚ ਬੈਠੇ ਹੋਣਗੇ ਜਿਹੜੇ ਦਰਸ਼ਕ, ਤਾਂ ਉਹਨਾਂ ਨੂੰ ਪਤਾ ਹੋਣਾ, ਮਤਲਬ ਆਮ ਕਮੇਡੀਅਨਸ ਨਾਲੋਂ ਵੱਧ ਉਹਨਾਂ ਨੂੰ ਮੌਕੇ ਦੀ ਗੱਲ ਆਉਂਦੀ ਆ। ਉਹਨਾਂ ਨੇ ਕੰਪਲੀਮੈਂਟ ਪਟਿਆਲੇ ਉੱਥੇ ਬੈਠੇ ਹੋਟਲ ਦਿੱਤਾ ਵੀ, ਕਹਿੰਦੇ ਵੀ ਸ਼ੌਕਤ ਸਾਹਿਬ ਅਸਲੀ ਛੱਲਾ ਤਾਂ ਤੁਸੀਂ ਗਾਇਆ, ਸਾਡੇ ਵਾਲੇ ਕਲਾਕਾਰ ਤਾਂ ਛੱਲੀਆਂ ਹੀ ਗਾਉਂਦੇ ਆ, ਅਤੇ ਸਾਨੂੰ ਵੀ ਹਫ਼ਤਾ ਕੁ ਇਕੱਠੇ ਰਹਿਣ ਦਾ ਮੌਕਾ ਮਿਲਿਆ। ਅਤੇ ਸਭ ਤੋਂ ਵੱਡੀ ਗੱਲ ਇਹ ਸੀਗੀ ਵੀ ਜਿਵੇਂ ਜਿੰਨੇ ਵਧੀਆ ਗਾਇਕ ਸੀਗੇ ਇਹ ਸ਼ੌਕਤ ਸਾਹਿਬ, ਉਨੇ ਹੀ ਵਧੀਆ ਕੋਮੇਡੀਅਨ ਇਹਨਾਂ ਦੇ ਨਾਲ ਬੇਟੇ ਵੀ ਦੋਨੋਂ ਆਏ ਸੀਗੇ, ਮੋਹਸਿਨ ਖਾਨ ਅਤੇ ਆਮਿਰ ਖਾਨ ਸੀਗਾ ਸ਼ਾਇਦ, ਨਹੀਂ ਮੋਹਸਿਨ ਖਾਨ ਆਇਆ ਸੀਗਾ ਨਾਲ, ਅਤੇ ਇਮਰਾਨ ਸ਼ੌਕਤ ਅਲੀ ਖਾਨ ਅਤੇ ਮੋਹਸਿਨ ਅਲੀ ਖਾਨ ਦੋਨੋਂ ਜਿਹੜੇ ਆਏ ਸੀਗੇ ਉਹਦੇ ਨਾਲ, ਉਹਨਾਂ ਨੂੰ ਵੀ ਗਾਉਣ ਦਾ ਸ਼ੌਕ ਹੈਗਾ। ਇੰਨੀ ਕੁ ਜ਼ਿਆਦਾ ਗੱਲ, ਇੰਨਾ ਕੁ ਜ਼ਿਆਦਾ ਮਹਿਫਲ ਦੇ ਵਿੱਚ ਰੰਗ ਸ਼ੌਕਤ ਸਾਹਿਬ ਬਣਦੇ ਸੀ ਜਿਹਦਾ ਹਿਸਾਬ ਕੋਈ ਨਹੀਂ। ਔਰ ਉਹਨਾਂ ਨੂੰ ਪੁੱਛਿਆ ਉੱਥੇ ਕਿ ਪਾਕਿਸਤਾਨ ਦੇ ਉੱਧਰਲੇ ਪੰਜਾਬ ਦੇ ਕਲਾਕਾਰਾਂ ਦਾ ਅਤੇ ਇੱਧਰਲੇ ਪੰਜਾਬ ਦੇ ਕਲਾਕਾਰਾਂ ਦਾ ਕੀ ਫਰਕ ਲੱਗਦਾ ਤੁਹਾਨੂੰ? ਪਹਿਲਾਂ ਥੋੜ੍ਹੀ ਦੇਰ ਸੋਚਿਆ ਉਹਨਾਂ ਨੇ, ਸੋਚ ਕੇ ਅਤੇ ਫਿਰ ਬੋਲੇ ਵੀ ਦੇਖੋ ਫਰਕ ਤਾਂ ਕੋਈ ਬਾਹਲਾ ਹੈ ਨਹੀਂ, ਅਸੀਂ ਵੀ ਗਾਉਂਦੇ ਹਾਂ ਅਤੇ ਇਹ ਵੀ ਗਾਉਂਦੇ ਨੇ, ਫਰਕ ਇਹ ਹੈ ਵੀ ਸਾਡੇ ਵਾਲੇ ਪੰਜਾਬ ਵਾਲੇ ਪਾਸੇ ਜਿਹੜਾ ਕੋਈ ਗਾਇਕ ਕਲਾਕਾਰ ਹੈਗਾ ਪਹਿਲਾਂ ਸਿੱਖਦਾ ਅਤੇ ਫਿਰ ਗਾਉਂਦਾ, ਅਤੇ ਤੁਹਾਡੇ ਵਾਲੇ ਪੰਜਾਬ ਵਾਲੇ ਪਾਸੇ ਜਿਹੜਾ ਹੈਗਾ ਪਹਿਲਾਂ ਗਾਇਕ ਗਾਉਣਾ ਸ਼ੁਰੂ ਕਰ ਦਿੰਦਾ, ਅਤੇ ਜਦੋਂ ਕੈਸਟ ਕਦੀ ਚੱਲ ਜਾਂਦੀ ਸੀ ਤਾਂ ਫਿਰ ਬੰਦਾ ਸੋਚਦਾ ਸੀ ਵੀ ਹੁਣ ਸਾਨੂੰ ਸਿੱਖ ਵੀ ਲੈਣਾ ਚਾਹੀਦਾ ਭਾਈ, ਕੈਸਟ ਚੱਲ ਗਈ ਆ। ਪਰ ਬਹੁਤ ਸਾਰੇ ਸਾਡੇ ਦੋਸਤ ਮਿੱਤਰ ਗਾਇਕ ਕਲਾਕਾਰ ਇਹੋ ਜਿਹੇ ਹੈਗੇ ਜਿਨ੍ਹਾਂ ਨੇ
सुपर डुपर हिट होने तो बाद उस्ताद तारे ने बाद दे विच सोचिया भी यार नहीं सीखना भी जरूरी है यार, कल्ला गाउन नाल काम नहीं बनता। ईवन सुरजीत बिंद्रेखिया साहब ने काफ़ी कैसट आने तो बाद फिर अतुल शर्मा जी ने उस्ताद तारे सीगा उत्थे दफ्तर का उद्घाटन जो उन्होंने किया। वैसे गायकी वाले पासे आना नहीं सी चाहते कहिंदे शौकत अली साहब, पर समा जिवें कहिंदे लै आउंदा ते गायकी वाले पासे आ गए ते उदू बाद पाक सिविल सर्विसिज़ दे विच असल दे विच जाणा चाहुंदे सी। नाल नाल कलां शुरू कर लैणे आ ते नाल नाल गीत फिर। हैलो, हाँ जी, सत श्री अकाल जी, तुसीं आउंदे रहो जी। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ? ਵਧੀਆ ਜੀ, ਵਧੀਆ। ਬਲਵਿੰਦਰ ਜੀ, ਬਹੁਤ ਬਹੁਤ ਸਵਾਗਤ। ਆ ਗਏ ਕਿ ਉੱਥੇ ਹੀ ਹੋ? ਮੈਂ ਅਜੇ ਇੱਥੇ ਹੀ ਹਾਂ, ਮੈਂ ਤਾਂ ਹੋ ਇੱਥੇ ਚਾਹ ਬਣਾ ਕੇ ਮੇਰੇ ਭਰਾ ਨੇ ਲੱਗਾ। ਚਾਹ ਚਾਹ ਸਾਡੀ ਰਜ ਰਜ ਕਮਲੀ ਹੋਈ ਹਾਂ ਜੀ। ਅਤੇ ਅਸੀਂ ਨਹੀਂ, ਲੂਇਸ ਦਾ ਸਾਡਾ ਬਣਿਆ ਸੀ ਪ੍ਰੋਗਰਾਮ, ਪਰ ਨਹੀਂ ਫਿਰ ਅਸੀਂ ਉੱਧਰ ਇੰਡੀਅਨ ਐਪਲਸ ਹੋ ਗਿਆ ਕੇਸ ਅਤੇ ਫਿਰ ਅਸੀਂ ਉੱਥੇ ਰੁਕ ਗਏ ਉੱਥੇ ਹੀ। ਬਹੁਤ ਮਾੜਾ ਹੋਇਆ ਜੀ, ਉੱਧਰ ਦੇਖ ਰਹੇ ਹੋ ਕਿੱਥੇ ਉੱਥੇ ਸੀ ਤੁਸੀਂ? ਹੈ, ਹਾਂਜੀ, ਅਸੀਂ ਗਏ ਸੀ ਫਿਰ ਹੋਟਲ 'ਚ ਵੀ ਗਏ ਸੀ ਜਿੱਥੇ ਪ੍ਰੈਸ ਕਾਨਫਰੰਸ ਵਗੈਰਾ ਸੀਗੀ ਸਾਡੇ ਹੋਟਲ ਦੇ ਨੇੜੇ। ਹੁਣ ਤਾਂ ਇੰਡੀਆ ਦਾ ਬੜਾ ਤਰਸ ਆਉਂਦਾ ਲੋਕਾਂ ਦੀਆਂ ਗੱਲਾਂ ਸੁਣ ਕੇ, ਵੀਡੀਓ ਆਉਂਦੀਆਂ। ਇੰਡੀਆ ਜੀ, ਇੰਡੀਆ ਦਾ ਇੰਨਾ ਕੁ ਹਾਲ ਸਮਝ ਨਹੀਂ ਆਉਂਦੀ ਵੀ ਕਿਹੜੀ ਪਰਮਾਤਮਾ ਦੀ ਕਰੋਪੀ ਚੱਲ ਰਹੀ। ਕਰੋਪੀ ਤਾਂ ਨਹੀਂ ਕਹਿ ਸਕਦੇ, ਸਾਡੀਆਂ ਆਪਣੀਆਂ ਗਲਤੀਆਂ ਨੇ ਉੱਥੇ ਤੇ ਮਾੜੇ ਹੋਟਲ ਰੌਲੀ ਪਾਈ ਹੋਈ। ਤੁਸੀਂ ਤਾਂ ਹਮੇਸ਼ਾ ਕਹੀ ਗਏ ਇੰਡੀਆ ਦਾ ਉੱਥੇ ਝੁੱਗੀਆਂ ਵਾਲੇ ਝੌਂਪੜੀਆਂ ਵਾਲੇ ਬਾਹਰ ਜਿਹੜੇ ਲੋਕ ਰਹਿੰਦੇ ਆ ਜੀ। ਬਲਵਿੰਦਰ ਜੀ, ਵੈਸੇ ਹਾਲਾਤ ਕਾਫੀ ਨਾਜ਼ੁਕ ਨੇ ਉੱਥੇ। ਪਹਿਲਾਂ ਇਹ ਲੱਗਦਾ ਸੀ ਵੀ ਸਾਨੂੰ ਜਾਣ ਪਛਾਣ ਵਾਲਿਆਂ ਨੂੰ ਨਹੀਂ ਹੈਗਾ, ਸਾਡੇ ਜਾਣ ਪਛਾਣ ਨੂੰ ਕਰੋਨਾ ਕਾਫੀ ਜਾਣ ਪਛਾਣ ਵਾਲਿਆਂ ਨੂੰ ਹੋਇਆ। ਇੱਕ ਸਾਡੇ ਰਵਿੰਦਰ ਸਿੰਘ ਸੀਗੇ, ਰਵਿੰਦਰ ਸਿੰਘ ਬਾਂਸਰੀ ਵਾਦਕ ਸੀ ਸਟੂਡੀਓ ਦੇ ਵਿੱਚ ਸਾਡੇ ਬੜੇ ਲੰਬੇ ਸਮੇਂ ਤੋਂ, ਉਹਨਾਂ ਦੀ ਵੀ ਕਰੋਨਾ ਨਾਲ ਡੈਥ ਹੋਈ। ਸਾਡੇ ਇੱਥੋਂ ਗਏ ਸੀਗੇ 4-5 ਜੀ, 8-10 ਜੀ ਗਏ ਸੀ ਅਸਤ ਪਾਉਣ ਵਾਸਤੇ ਉੱਥੇ। ਇੱਥੇ ਉਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਅਤੇ ਮਦਰ ਵੀ ਨਾਲ ਲੈ ਗਏ, ਉਹਨਾਂ ਨੂੰ ਮਦਰ ਨੂੰ ਵੀ ਨਾਲ ਲੈ ਗਏ। ਉੱਥੇ ਮਦਰ ਬਿਮਾਰ ਹੋ ਗਈ, ਉਹ ਮਦਰ ਦੀ ਉੱਥੇ ਜਿੱਦਣ ਆਉਣਾ ਸੀ ਉਦੋਂ ਇੱਕ ਦਿਨ ਪਹਿਲਾਂ ਮਦਰ ਦੀ ਉੱਥੇ ਡੈਥ ਹੋ ਗਈ। ਅਤੇ ਸੀਗਾ ਬੁਖਾਰ ਬਖੂਰੀ ਸੀਗਾ, ਬੁਖਾਰ ਹੀ ਹੋਸਪਿਟਲ ਲੈ ਗਏ, ਉੱਥੇ ਉਹਨਾਂ ਨੇ ਡੈਥ ਡਿਕਲੇਅਰ ਕਰਤੀ। ਮਤਲਬ ਇੰਨਾ ਬੁਰਾ ਹਾਲ ਹੋ ਗਿਆ। ਖੈਰ, ਮੈਂ ਆਪਾਂ ਸਾਰਿਆਂ ਨੂੰ ਵੀ ਨਹੀਂ ਮਾੜਾ ਕਹਿ ਸਕਦੇ, ਪਰ ਜਾਣਾ ਤਾਂ ਡਾਕਟਰ ਦੇ ਹੀ ਆ ਮੁੜ ਕੇ ਲੋਕਾਂ ਨੇ ਜੀ। ਹੋਸਪਿਟਲ ਹੀ ਜਾਣਾ ਪੈਣਾ ਜੀ, ਹੋਸਪਿਟਲਾਂ ਦਾ ਕੋਈ ਇਤਬਾਰ ਨਹੀਂ ਉੱਥੇ, ਸੱਚੀ ਮੁੱਚੀ ਕੋਈ ਇਤਬਾਰ ਨਹੀਂ, ਕੋਈ ਸਿਰ ਪੈਰ ਨਹੀਂ। ਹਾਂ, ਇੱਕ ਮੈਂ ਵੀਡੀਓ ਦੇਖ ਰਿਹਾ ਸੀਗਾ ਜੀ, ਉਹ ਕੁੱਟ ਰਹੇ ਨੇ ਮਰੀਜ਼ ਨੂੰ ਹਸਪਤਾਲ ਦੇ ਵਿੱਚ, ਪਟਿਆਲੇ ਦੀ ਦੱਸਦੇ ਨੇ ਉਹ ਵੀਡੀਓ, ਕਿਉਂਕਿ ਉਹ ਪਾਗਲ ਹੋ ਚੁੱਕੇ ਲੋਕ ਜਿਹੜੇ ਜਿਹੜੇ ਹੋਸਪਿਟਲਾਂ ਵਾਲੇ, ਉਹ ਵੀ ਮੈਂਟਲ ਇਹੀ ਸਮਝ ਨਹੀਂ ਆ ਰਹੀ। ਕਹਿੰਦੇ ਵੀ ਉੱਥੇ ਪੁਲਿਸ ਵਾਲਿਆਂ ਨੇ ਕੋਈ ਰੋਕਿਆ ਕਿਸੇ ਨੂੰ, ਉਹਨਾਂ ਨੂੰ ਲੜਾਈ ਹੋ ਗਈ। ਬੱਸ ਦੇ ਵਿੱਚ ਸਰਕਾਰ ਕਹਿੰਦੀ ਵੀ ਸਰਕਾਰ ਜਿਹਨਾਂ ਦਾ ਕੋਈ ਬੰਦਾ ਮਰ ਜਾਂਦਾ ਆ, ਉਹਨਾਂ ਨੂੰ ਸਟਾਫ ਰਿਪੋਰਟ ਸ਼ੀਟ ਤੇ ਫੜ ਕੇ। ਬਿਲਕੁਲ ਜੀ, ਤੇ ਅੱਛਾ, ਬੱਸ ਦੇ ਵਿੱਚ ਸਰਕਾਰ ਕਹਿੰਦੀ ਬੰਦੇ ਘੱਟ ਚੜਾਓ, ਹੁਣ ਸਵਾਰੀਆਂ ਜਾਣ ਕਿੱਥੇ? ਸਵਾਰੀਆਂ ਧੱਕੇ ਨਾ ਚੜਦੀਆਂ, ਕੰਡਕਟਰ ਉਹਨਾਂ ਨੂੰ ਧੱਕੇ ਮਾਰ ਕੇ ਥੱਲੇ ਲਾਉਂਦਾ, ਉੱਥੇ ਉੱਥੇ ਵੀ ਲੜਾਈ। ਬਹੁਤ ਕੰਮ ਖਰਾਬ, ਉੱਥੇ ਸੁਣਦਾ ਵੀ ਕੋਈ ਨਹੀਂ ਹੈਗਾ। ਰਾਬੀ ਰੱਖਾ, ਸੁਣਦਾ ਵੀ ਸੁਣੇ ਸੁਣਦਾ ਕੋਈ ਧੱਕੇ ਵੱਜੀ ਜਾਂਦੇ। ਚਲੋ, ਮਿਹਰਬਾਨੀ ਜੀ ਬਹੁਤ ਕਾਲ ਕਰਨ ਵਾਸਤੇ, ਬਹੁਤ ਮਿਹਰਬਾਨੀ ਜੀ। ਨਾਲ ਨਾਲ ਇੱਕ ਮੇਰੇ ਖਿਆਲ ਗੀਤ ਹੋਰ ਸਾਂਝਾ ਕਰ ਲਈਏ, ਕਰਨਾ ਤੁਹਾਡੀਆਂ ਆਉਣੀਆਂ ਸ਼ੁਰੂ ਹੋ ਗਈਆਂ। ਅਤੇ ਗੀਤ ਜੱਗਾ ਤੁਸੀਂ ਸੁਣਿਆ ਹੋਣਾ, ਇੱਧਰ ਵੀ ਜੱਗਾ ਜੰਮਿਆ ਅਤੇ ਮਿਲਣ ਵਧਾਈਆਂ, ਜੱਗਾ ਮਰਿਆ ਅਤੇ ਜੱਗਾ ਜੰਮਿਆ ਅਤੇ ਮਿਲਣ ਵਧਾਈਆਂ ਸੀਗਾ। ਜੱਗਾ ਮਰਦਾ ਜਦੋਂ ਕਹਿੰਦੇ ਵੀ 9 ਮਣ ਰੇਤ ਭੁੱਲ ਭਿੱਜ ਗਈ ਸੀਗੀ, ਜੱਗਾ ਡਾਕੂ ਦੀ ਗੱਲ ਕਰਦੇ ਹੁੰਦੇ ਹਾਂ। ਅਤੇ ਵੈਸੇ ਜਗਤ ਸਿੰਘ ਜੱਗਾ ਨਹੀਂ ਸੀ ਇਹ, ਡਾਕੂ ਹੋਰ ਸੀਗਾ ਜਿਹਦੀ ਇਹ ਗੱਲ ਕਰਦੇ ਨੇ। ਜਗਤ ਸਿੰਘ ਜੱਗਾ ਨੂੰ ਤਾਂ ਮੇਰੇ ਖਿਆਲ ਸ਼ਾਇਦ ਇਸ ਤਰ੍ਹਾਂ ਦਾ ਨਹੀਂ ਸੀ ਡਾਕੂ, ਉਹ ਜੇਲ੍ਹ ਜ਼ਰੂਰ ਹੋਈ ਸੀਗੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ ਜੀ ਆਪਣਾ, ਆਈ ਥਿੰਕ ਹਰਜੀਤ। ਸਤਿ ਸ਼੍ਰੀ ਅਕਾਲ ਜੀ। ਜੀ ਹਰਜੀਤ ਜੀ, ਹਾਂਜੀ, ਹਰਜੀਤ ਸਿੰਘ ਜੀ, ਠੀਕ ਠਾਕ ਹੋ? ਹਾਂ, ਚੜ੍ਹਦੀ ਕਲਾ ਜੀ। ਹਾਂਜੀ, ਕੀ ਲੈ ਕੇ ਆਏ ਸਾਡੇ ਦਰਸ਼ਕਾਂ ਲਈ? ਹਾਂਜੀ, ਮੈਂ ਗੀਤ ਲਿਖਿਆ ਆ ਆਪਣੇ ਰਿਆੜ ਭਾਜੀ ਨੂੰ ਸਮਰਪਿਤ ਤੇ ਸ਼ੌਕਤ ਕਲੀ ਨੂੰ। ਅੱਛਾ ਜੀ, ਸਮਰਪਿਤ ਆ ਜਿਹੜੇ ਪਿਛਲੇ ਹਫ਼ਤੇ ਗੁਜ਼ਰ ਗਏ। ਹਾਂਜੀ ਹਾਂਜੀ, ਕਾਫੀ ਹਸਤੀਆਂ ਵੱਡੀਆਂ। ਹਾਂਜੀ, ਉਹਨਾਂ ਦਾ ਟਾਈਟਲ ਹੈਗਾ ਗੀਤ ਦਾ ਮਮਤਾ। ਜੀ ਜ਼ਰੂਰ, ਠੀਕ ਹੈ ਜੀ। ਕਦੇ ਵਾਪਸ ਮੁੜਦਾ ਨਾ ਜਿਹੜਾ ਛੁੱਟਿਆ ਤੀਰ ਕਮਾਨੋ, ਉਸ ਮਾਂ ਦਾ ਕੀ ਜੀਣਾ ਜਿਹਦਾ ਤੁਰ ਗਿਆ ਪੁੱਤ ਜਾਨੋ। ਫੋਟੋ ਇੱਕ ਨਾ ਲਾਉਂਦੀ ਏ ਉਹ ਤਾਂ ਉੱਠਦੀ ਤੇ ਵਹਿੰਦੀ, ਕਿੱਥੇ ਤੁਰ ਗਿਆ ਲਾਲ ਮੇਰੇ ਮੁੱਖ ਚੋਂ ਵਾਰ ਵਾਰ ਇਹ ਕਹਿੰਦੀ। ਪੁੱਤਰ ਮਿੱਠੜੇ ਮੇਵੇ ਨੇ ਨਹੀਂ ਉਹ ਮਿਲਦੇ ਕਦੇ ਦੁਕਾਨੋ, ਉਸ ਮਾਂ ਦਾ ਕੀ ਜੀਣਾ ਜਿਹਦਾ ਤੁਰ ਗਿਆ ਪੁੱਤ ਜਾਨੋ। ਬੰਦਾ ਜੇ ਜੇ ਕਰਦਾ ਏ ਕਦੇ
मौत मूल ना छड़ दिए जेनू हाथ आने पावे मुड़े मूंच पैंदी ना गल निकली जो जवानो उस मां दा की जीना जेदा तुर गया पुत जहानो जोवन रुते चल गया ना राज जवानी माणी बुब्बा मार के रोंदे ने जो हाण तेरे दे हाणी पिछे मुड़ देखिया ना जेड़े परताए शमशानो उस मां दा की जीना जेदा तुर गया पुत जहानो समय तो पहला तुर जाना ए हुंदी अनहोनी दादे अगे जोर नहीं जद बरत जांदी ए होनी जमशेर वालिया दिल टुट दे जिमे टुटे तारा आसमानो उस मां दा की जीना जेदा तुर गया पुत जहानो उस मां दा की जीना जेदा तुर गया पुत जहानो। बहुत वधिया लिखिया हरजीत गिल जी, बहुत वधिया, बहुत मेहरबानी थोड़ी। हेलो, हाँ जी सत श्री अकाल जी, तुसीं आउंदे रहो। अपना अमनजीत सिंह जी, सत श्री अकाल जगतार सिंह जी, की हाल चाल है जी? ठीक हो? ठीक है, ठीक है जी। की कोई खबरसार की हाल चाल है? हाँ जी, इंडिया दी अपडेट न्यूज की है, की हो रहा? इंडिया दी अपडेट न्यूज है जी, लगातार तीसरा दिन सी अच्छा है जदों 3.5 लाख तो उपर केस जिहड़े होए ने, कल दी उत्थे दी गल करिए ते कल दी गल करने आपां। अज मैं सवेरे फोन ते पहले ही इह सी ब्रेकिंग न्यूज जी, ਕਹਿੰਦੇ ਬੀਬੀਸੀ ਨਿਊਜ਼ ਦਾ ਸੀਗਾ ਵੀ ਉੱਥੇ ਬਲੈਕ ਮਾਰਕੀਟ ਇੰਨੀ ਚੱਲ ਰਹੀ ਆ, ਬਹੁਤ ਜ਼ਿਆਦਾ ਜਿਹੜਾ ਕਹਿੰਦੇ ਆਕਸੀਜਨ ਦਾ ਸਿਲੰਡਰ 6,000 ਦਾ 50,000 ਰੁਪਏ ਦਾ ਮਿਲ ਰਿਹਾ, ਲੋਕੀ ਫਿਰ ਖਰੀਦ ਲੈ। ਜਿਹੜੀ ਇੱਕ ਨੋਰਮਲ ਆਕਸੀਜਨ 15,000 ਦੀ ਇੱਕ ਬੰਦੇ ਨੂੰ, ਉਹ ਜਿਹੜੀ ਥੋੜ੍ਹੀ ਆਕਸੀਜਨ ਲੋੜ ਹੁੰਦੀ ਆ ਉਹ ਦੇ ਰਹੇ ਨੇ 15,000, 20,000, 25,000। ਬਿਲਕੁਲ ਗਲਤ ਜੀ, ਚਾਹੀਦਾ ਇਹ ਹੈ, ਸਰਕਾਰਾਂ ਨੂੰ ਚਾਹੀਦਾ ਇਹ ਹੈ ਕਿ ਕਿਤੇ ਵੀ ਪਤਾ ਲੱਗਦਾ ਬਲੈਕ ਮਾਰਕੀਟਿੰਗ ਦਾ ਦੱਸੋ ਤਾਂ ਉਹਨੂੰ ਬਿਲਕੁਲ ਹੀ ਪੈਸਾ ਨਾ ਦਿਓ, ਇੱਕ ਵੀ ਪੈਸਾ ਨਾ ਦਿਓ। ਪਰ ਉਹ ਕੀ ਕਰੋਗੇ ਜੀ, ਉੱਥੇ ਉਹ ਮਿਲੀ ਭਗਤ ਨਾਲ ਸਾਰਾ ਕੁਛ ਹੁੰਦਾ, ਪਰ ਦੇਖੇ ਨਹੀਂ ਜਾਂਦੇ ਜੀ ਵੀਡੀਓ ਵਗੈਰਾ ਜਿਹੜੇ ਕੋਈ ਕੋਈ ਪਾਉਂਦੇ, ਲੋਕ ਮਿਲਦੇ ਗਿਲਦੇ ਦੱਸਦੇ ਨੇ, ਦੇਖੇ ਨਹੀਂ ਜਾਂਦੇ। ਹਾਂਜੀ ਹਾਂਜੀ ਹਾਂਜੀ, ਉਹ ਤਾਂ ਬਿਲਕੁਲ ਹਾਲਾਤ। ਤੁਹਾਡੀ ਇੰਡੀਆ ਕਿਸੇ ਨਾਲ ਗੱਲ ਹੋਈ? ਇੰਡੀਆ ਕੱਲ੍ਹ ਹੋਈ ਕਿਸੇ ਨਾਲ? ਹਾਂ, ਮੇਰੀ ਵੀ ਗੱਲ ਹੋਈ ਇੱਕ ਪੁਲਿਸ ਵਾਲੇ ਨੇ, ਪੰਜਾਬ ਪੁਲਿਸ ਵਾਲੇ ਨੇ ਆਇਆ ਫੋਨ ਆ ਲਿਆ, ਉਹ ਕਹਿੰਦੇ ਬੜੇ ਸਖ਼ਤੀ ਕਰ ਰਹੇ ਆ ਨਹੀਂ। ਹਾਂਜੀ, ਉਹ ਉੱਥੇ ਇਹੀ ਨਹੀਂ ਸਮਝ ਆ ਰਹੀ ਵੀ ਲੋਕ ਕੀ ਕਰਨ, ਪੁਲਿਸ ਕੀ ਕਰੇ, ਸਰਕਾਰ ਕੀ ਕਰੇ। ਹੁਣ ਕਈ ਜਾਣਾ ਜ਼ਰੂਰੀ ਹੈ, ਕਈ ਤਾਂ ਚਲੋ ਉੱਦਾਂ ਹੀ ਹੈਗੇ ਨੇ, ਕਈ ਜਾਣਾ ਜ਼ਰੂਰੀ ਹੈ ਉਹ ਜਾ ਨਹੀਂ ਪਾਉਂਦੇ, ਰਾਹ 'ਚ ਰਹਿ ਜਾਂਦੇ ਨੇ, ਬੱਸਾਂ ਵਾਲੇ ਚੜਾਉਂਦੇ ਨਹੀਂ। ਮਤਲਬ ਇੰਨੀ ਕੁ ਮਾੜੀ ਹਾਲਤ ਮੈਨੂੰ ਨਹੀਂ ਲੱਗਦਾ ਕਦੇ ਪਹਿਲਾਂ ਹੋਈ ਹੋਊ। ਅਸੀਂ ਪਹਿਲਾਂ ਗੱਲ ਕਰਦੇ ਸੀ ਵੀ ਮਹਾਂਮਾਰੀ ਐਡੂ ਵੱਡੀ ਕੋਈ ਨਹੀਂ ਹੋਈ ਹੋਣੀ, ਮਹਾਂਮਾਰੀ ਤੋਂ ਬਾਅਦ ਜਿਹੜੀ ਹਾਲਤ ਹੈ ਉੱਥੇ ਆਮ ਲੋਕਾਂ ਨੂੰ ਧੱਕਾ ਹੋ ਰਿਹਾ, ਉਹ ਸ਼ਾਇਦ ਮੈਨੂੰ ਨਹੀਂ ਲੱਗਦਾ ਪਹਿਲਾਂ ਇਦੋਂ ਇਦੂ ਹੋਇਆ ਕਦੇ। ਜੀ ਜੀ, ਚਲੋ ਚਲੋ ਜੀ, ਪਰਮਾਤਮਾ ਭਰੀ ਕਰੇ, ਮਿਹਰਬਾਨੀ ਕਾਲ ਕਰਨ ਲਈ ਤੁਹਾਡੀ, ਮਿਹਰਬਾਨੀ ਜੀ। ਜੀ ਆਪਣਾ ਸਰਦਾਰ ਸੁਰਿੰਦਰ ਸਿੰਘ ਜੀ। ਹਾਂਜੀ, ਸਰਦਾਰ ਜਗਤਾਰ ਸਿੰਘ ਜੱਗੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਜੀ। ਹਾਂਜੀ, ਕੀ ਹਾਲ ਚਾਲ ਹੈ ਜੀ? ਬਸ ਜੀ ਵਧੀਆ ਵਧੀਆ, ਲੱਗੇ ਹੋਏ ਜੀ ਬਸ ਦਿਹਾੜੀ ਦਾ ਹੁਣ ਕੰਮ ਤੇ। ਚਲੋ ਵਧੀਆ ਚਾਹੀਦਾ ਜੀ। ਕੀ ਹਾਲ ਚਾਲ ਆਪਣੇ ਮੁਲਕ ਦਾ? ਮੁਲਕ ਦਾ ਜੀ ਕੋਈ ਬੜਾ ਵਧੀਆ, ਕੋਈ ਹਵਾ ਨਹੀਂ ਕਿਤੇ ਠੰਡੇ ਪਾਸੇ ਆ ਰਹੀ। ਬਾਕੀ ਹਾਲਾਤ ਜਿਹੜੇ ਵੀਡੀਓ ਵਿੱਚ ਆਉਂਦੇ ਨੇ, ਸੋਸ਼ਲ ਮੀਡੀਆ 'ਤੇ ਆਉਂਦੇ ਨੇ, ਉਹ ਤਾਂ ਬਹੁਤ ਔਖੇ ਨੇ। ਊਂ ਕਿਸੇ ਨਾਲ ਗੱਲ ਕਰਦੇ ਜਦੋਂ ਇੰਡੀਆ ਆਪਣੇ ਜਾਣ ਪਛਾਣ ਵਾਲੇ ਨਾਲ, ਉਹਨਾਂ ਦੇ ਹਿਸਾਬ ਨਾਲ ਵੀ ਨਹੀਂ ਜਿਹੜਾ ਕੁਛ ਉਹ ਜ਼ਿਆਦਾ ਹੈਗਾ, ਕੁਛ ਕੁਛ ਇਲਾਕਿਆਂ 'ਚ ਹੈਗਾ ਜਿਹੜੀਆਂ ਉਹ, ਅਸੀਂ ਡੈੱਡ ਬੋਡੀਜ਼ ਦੀ ਗੱਲ ਕਰਦੇ, ਲਾਈਨ ਲੱਗੀ ਉਹ ਗੁਰੂਗ੍ਰਾਮ ਏਰੀਆ ਹੈਗਾ ਹਰਿਆਣੇ ਦਾ, ਦਿੱਲੀ ਦੇ ਨਾਲ ਲੱਗਦਾ, ਉੱਥੋਂ ਦੀ ਸਾਰੀ ਗੱਲਬਾਤ ਹੈਗੀ ਹੈ। ਗੁੜਗਾਵਾਂ ਸੀ, ਹਾਂਜੀ ਪਹਿਲਾਂ ਉਹ ਗੁੜਗਾਵਾਂ ਦੀਆਂ ਤਸਵੀਰਾਂ ਵੀਡੀਓ ਸਾਹਮਣੇ ਆਉਂਦੀਆਂ ਨੇ ਜਿਹੜੀਆਂ ਇੱਦਾਂ ਦੀਆਂ ਹੈਗੀਆਂ ਜ਼ਿਆਦਾ ਚਿੰਤਾ ਵਾਲੀਆਂ। ਅਤੇ ਬਾਕੀ ਤਾਂ ਹਾਲ ਬਾਹਲੀ ਮਾੜੀ ਹੈ ਜਿਹੜੀ ਆ, ਬਲੈਕ ਮਾਰਕੀਟਿੰਗ ਦਾ ਇੰਨਾ ਕੁ ਬੋਲਬਾਲਾ ਉੱਥੇ, ਪੁੱਛੋ ਨਾ।
ਨਹੀਂ ਫਿਰ ਲੁੱਟਣ ਤੇ ਹੋ ਗਿਆ ਨਾ, ਉਹ ਕਹਿੰਦੇ ਵੀ ਲੁੱਟ ਲਓ ਜੋ ਹੱਥ ਹੁੰਦਾ, ਹੁਣ ਬਸ ਛੱਡੋ ਨਾ ਕੁਛ ਵੀ, ਸਭ ਕੁਛ ਤਹਿਸ ਨਹਿਸ ਕਰਤਾ, ਨਾ ਕੋਈ ਜੱਗੀ ਰਹੀ ਨਾ ਕੋਈ ਹੋਰ ਰਿਹਾ, ਬਸ ਤਹਿਸ ਨਹਿਸ ਕਰਤਾ ਜੀ। ਦੇਖੋ ਇੱਕ ਪਾਸੇ 234 ਸੀਟਾਂ ਦੇ ਇੱਕ ਦਿਨ ਲਈ ਇਹ ਪੋਲ ਹੋ ਰਹੀ ਹੈ, ਅਤੇ 294 ਸੀਟਾਂ ਲਈ 8 ਗੇੜ ਹੋ ਰਹੇ ਆ। ਹਾਂਜੀ ਹਾਂਜੀ ਇਹੀ ਹੈ ਸਾਰਾ ਕੁਛ ਬੰਗਾਲ 'ਚ, ਬਸ ਇਹੀ ਬਸ ਉਹ ਸਭ ਕੁਛ ਆਪਣੇ ਹੱਥ ਕਰ ਲਿਆ ਯੂਨੀ 'ਚ। ਇਹ ਦੋ ਮੁਲਕਾਂ ਦਾ ਫਰਕ ਥੋੜ੍ਹਾ ਜਿਹਾ ਮੈਂ ਤੁਹਾਨੂੰ ਦੱਸਦਾ, ਦੋ ਮਿੰਟ ਦਿਓ ਮੈਨੂੰ ਜੀ। ਕਹਿੰਦੇ ਜ਼ੁਲਮ ਦੀ ਇਹ ਹਨੇਰੀ ਝਲਾ ਰਿਹਾ ਹੈ ਕੌਣ, ਪਛਾਣੋ ਅੱਗ ਇਹ ਲਾ ਰਿਹਾ ਹੈ ਕੌਣ, ਦਿਨ ਦਿਹਾੜੇ ਚੰਬਦੀ ਧੁੱਪ ਗ੍ਰਹਿਣੀ ਗਈ, ਸਾਧ ਦੇ ਧੂਣੇ ਨੂੰ ਦੇਖੋ ਧੁਖਾ ਰਿਹਾ ਹੈ ਕੌਣ, ਖੁਦਕਸ਼ੀਆਂ ਦਾ ਪੈਸੇ ਹੜ ਜਾ ਗਿਆ, ਮਿਹਨਤ ਕਸ਼ ਮਿਹਨਤ ਕਸ਼ਾਂ ਦੀ ਖਾ ਰਿਹਾ ਹੈ ਕੌਣ, ਚੂੜੇ ਕਿਰਪਾਨਾਂ ਪਹਿਨ ਕੇ ਬਾਬੇ ਨੇ ਫਿਰ ਰਹੇ, ਲਾਜ ਸੁੱਚੇ ਭੇਸ ਨੂੰ ਲਗਾ ਰਿਹਾ ਹੈ ਕੌਣ, ਸਟੇਜ ਤੇ ਮੈਕ ਫੜ ਕੇ ਤੁਹਾਡਾ ਦਰਦ ਹੀ ਦੱਸਦਾ, ਲਫ਼ਜ਼ਾਂ ਦੇ ਹੇਰ ਫੇਰ ਨਾਲ ਸਰਚਾ ਰਿਹਾ ਹੈ ਕੌਣ, ਸਟੇਜਾਂ ਤੇ ਮੈਕ ਫੜ ਕੇ ਹਮਦਰਦ ਹੀ ਦੱਸਦਾ, ਲਫ਼ਜ਼ਾਂ ਦੇ ਹੇਰ ਫੇਰ ਨਾਲ ਸਰਚਾ ਰਿਹਾ ਹੈ ਕੌਣ, ਹਾਲਤਾਂ ਵਿੱਚ ਘਿਰਿਆ ਮਜਬੂਰ ਹੈ ਹਰ ਕੋਈ, ਸੁਣ ਕੇ ਉਸਦੀ ਵਿਲਕਣੀ ਮੁਸਕਰਾ ਰਿਹਾ ਹੈ ਕੌਣ, ਸੁਣ ਕੇ ਉਸਦੀ ਵਿਲਕਣੀ ਮੁਸਕਰਾ ਰਿਹਾ ਹੈ ਕੌਣ। ਤੇ ਹੁਣ ਆਹ ਧਰਤੀ ਜੇ ਨੇ ਆਪਾਂ ਨੂੰ ਸਾਂਭਿਆ ਜੀ, ਕਹਿੰਦੇ ਇਸ ਦੇਸ਼ ਬਸਣ ਲਈ ਹਰ ਖਿੱਚੇ ਚੋਂ ਆਏ ਲੋਕ, ਗੋਰੇ ਕਾਲੇ ਭੂਰੇ ਫੀਨੇ ਇਸ ਧਰਤੀ ਅਪਣਾਏ ਲੋਕ, ਕੋਈ ਜਹਾਜ਼ੇ ਕੋਈ ਸਮੁੰਦਰੀ ਕੋਈ ਕੰਧਾਂ ਟੱਪ ਆਏ ਲੋਕ, ਬਾਹਰੇ ਜਾਈਏ ਇਸ ਧਰਤੀ ਦੇ ਸਾਰੇ ਹੀ ਗੱਲ ਨਾਲ ਲਾਏ ਲੋਕ, ਜੋ ਹੱਕ ਨਾ ਮੁਲਦੇ ਮਿਲਖਾਂ, ਜੋ ਹੱਕ ਨਾ ਮੁਲਖੀ ਮਿਲਦੇ ਮਿਲ ਗਏ ਸਾਂ ਪਰਾਏ ਲੋਕ, ਮੋਟਰ ਟਰੱਕ ਪੰਪ ਤੇ ਟੈਕਸੀ ਬਿਜ਼ਨਸ ਸਭ ਹਥਿਆਏ ਲੋਕ, ਕਰ ਪੜ੍ਹਾਈਆਂ ਵੱਡੇ ਅਹੁਦੇ ਇਸ ਮੁਲਕ ਵਿੱਚ ਛਾਏ ਲੋਕ, ਦੋ ਦੋ ਜਾਬਾਂ ਕੜੀ ਮੁਸ਼ਕਤ ਫਿਰ ਵੀ ਨਾ ਘਬਰਾਏ ਲੋਕ, ਵੱਡੀਆਂ ਕਾਰਾਂ ਵੱਡੇ ਘਰ ਲੈ ਪੂਰੇ ਸ਼ੌਂਕ ਪਗਾਏ ਲੋਕ, ਬੁੱਢੇ ਰੁੱਖਾਂ ਬਾਂਗਰ ਪੁੱਟ ਕੇ ਇੱਥੇ ਨੇ ਜੋ ਲਾਏ ਲੋਕ, ਉਹਨੇ ਘਾਟੀ ਫੁੱਲਦੇ ਫਲਦੇ ਰਹਿੰਦੇ ਜੋ ਕਮਲਾਏ ਲੋਕ, ਕੰਮ ਚੋਰ ਜੋ ਵੈਲਫੇਅਰ ਖਾਂਦੇ ਉਹ ਵੀ ਨੇ ਕੁਝ ਆਏ ਲੋਕ, ਸਾਰੀ ਧਰਤੀ ਜੁਗ ਜੁਗ ਮੋਲੇ ਜਿੱਥੇ ਕੁੱਲ ਸਮਾਏ ਲੋਕ, ਸਾਰੀ ਧਰਤੀ ਜੁਗ ਜੁਗ ਮੋਲੇ ਜਿੱਥੇ ਕੁੱਲ ਸਮਾਏ ਲੋਕ। ਜੀ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਸੁਰਿੰਦਰ ਸਿੰਘ ਜੀ, ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ, ਬੜੀ ਵਧੀਆ ਤੁਸੀਂ ਗੱਲਬਾਤ ਜਿਹੜੀ ਆ ਹਮੇਸ਼ਾ ਕਰਦੇ ਹੋ। ਅਤੇ ਇੱਕ ਬ੍ਰੇਕ ਲੈ ਲੈਣੇ ਜੀ, ਗੀਤ ਵੈਸੇ ਮੈਂ ਲੈ ਕੇ ਆਇਆ ਸੀ ਉਹਨਾਂ ਦਾ ਆਪਣਾ ਹੋਰ ਇੱਕ ਗੀਤ ਜਿਹੜਾ ਸਭ ਤੋਂ ਵਧੀਆ ਗੀਤ ਮੈਨੂੰ ਸਭ ਤੋਂ ਵਧੀਆ ਲੱਗਦਾ, ਮਾਵਾਂ ਗੀਤ ਹੈਗਾ ਸ਼ੌਕਤਲੀ ਸਾਹਿਬ ਦਾ, ਇਹ ਹਰਭਜਨ ਮਾਨ ਨੇ ਵੀ ਗਾਇਆ, ਬਾਅਦ 'ਚ ਫਿਲਮਾਂ ਦੇ ਵਿੱਚ ਵੀ ਗਾਇਆ, ਮਾਵਾਂ ਜੰਨਤ ਦਾ ਪਰਛਾਵਾਂ। ਔਰ ਇਹ ਗੀਤ ਇੰਨਾ ਕੁ ਹਿੱਟ ਹੋਇਆ, ਇੰਨਾ ਕੁ ਦਿਲ ਨੂੰ ਟੁੰਬਣ ਵਾਲਾ ਗੀਤ ਹੈ। ਅਤੇ ਸ਼ੌਕਤਲੀ ਸਾਹਿਬ ਜਦੋਂ ਗਾਇਆ ਸੀ ਉਹ ਅਮਰੀਕਾ ਦੇ ਵਿੱਚ ਸੀਗੇ, ਸਨ ਫਰਾਂਸਿਸਕੋ ਨੂੰ ਜਾ ਰਹੇ ਸੀ, ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੀ ਮਦਰ ਜਿਹੜੀ ਹੈ ਉਹ ਪੂਰੇ ਹੋ ਗਏ ਨੇ, ਪਾਕਿਸਤਾਨ ਦੇ ਵਿੱਚ ਫੌਤ ਹੋ ਗਏ ਨੇ, ਅਤੇ ਉਦੋਂ ਬਾਅਦ ਉਹਨਾਂ ਨੇ ਫਿਰ ਇਹ ਗੀਤ ਗਾਇਆ ਸੀ, ਲਿਖਿਆ ਵੀ ਉਹਨਾਂ ਦਾ ਹੋਇਆ। ਚਲੋ ਤੁਹਾਡੇ ਕੀ ਵਿਚਾਰ ਨੇ, ਨਾਲ ਨਾਲ ਆਪਾਂ ਕਾਲਾਂ ਸਿਲਸਿਲਾ ਵੀ ਅੱਗੇ ਵਧਾਉਂਦੇ ਹਾਂ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਧੀਰ ਸਾਹਿਬ ਸਵਾਗਤ ਹੈ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਹਾਂਜੀ ਤੁਹਾਡੀ ਆਵਾਜ਼ ਥੋੜ੍ਹੀ ਜਿਹੀ ਹੋਰ। ਇੰਡੀਆ ਦੇ, ਹਾਂਜੀ ਇੰਡੀਆ ਦੇ ਜੋ ਹਾਲਾਤ ਬਣੇ ਨੇ ਨਾ ਜੀ, ਉਹ ਤਾਂ ਪਹਿਲਾਂ ਹੀ ਪਤਾ ਲੱਗ ਗਿਆ ਸੀ, ਉਹ ਇਸ ਗੱਲ ਕਰਕੇ ਕਿਉਂਕਿ ਉੱਥੇ ਦਾ ਕਰਪਟ ਸਿਸਟਮ, ਬਿਲਕੁਲ ਹਰ ਜਗ੍ਹਾ ਤੇ ਬੇਈਮਾਨੀ, ਬਲੈਕਮੇਲਿੰਗ, ਲੋਕਾਂ ਦੀ ਲਾਪਰਵਾਹੀ, ਸਭ ਤੋਂ ਜ਼ਿਆਦਾ ਲੋਕਾਂ ਦੀ ਲਾਪਰਵਾਹੀ, ਤੇ ਉਸ ਤੋਂ ਬਾਅਦ ਇੰਡੀਆ ਦਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ, ਅਮਿਤ ਸ਼ਾਹ, ਬਿਲਕੁਲ ਜੀ ਬਿਲਕੁਲ ਬਿਲਕੁਲ, ਇਹਨਾਂ ਨੂੰ ਆਪਣੇ ਇਲੈਕਸ਼ਨ ਜਿੱਤਣ ਦੀ ਪਈ ਹੋਈ ਆ, ਪੱਛਮੀ ਬੰਗਾਲ ਜਿੱਤਣ ਦੀ ਪਈ ਹੋਈ ਆ। ਜੀ ਬਿਲਕੁਲ ਜੀ, ਅੱਛਾ ਇਹ ਲੱਖਾਂ ਦੀ ਤਾਦਾਦ ਦੇ ਵਿੱਚ ਇਹ ਬਗੈਰ ਮਾਸਕ ਲਾਏ ਤੇ ਉੱਥੇ ਰੈਲੀਆਂ ਕਰਦੇ ਨੇ, ਮੈਂ ਤਾਂ ਸੋਚਦਾ ਹੁੰਦਾ ਸੀ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਗੱਲ ਕਰ ਰਹੇ, ਇਹ ਬੰਬ ਨੇ ਕਰੋਨਾ ਕੁੰਭ ਦੇ ਮੇਲੇ ਦੀ ਹੋਈ ਆ, ਪ੍ਰਧਾਨ ਮੰਤਰੀ ਸਾਹਿਬ ਬਿਨਾਂ ਮਾਸਕ ਤੋਂ ਨੇ, ਬਾਕੀ ਸਾਰੇ ਮਾਸਕ ਪਾਏ ਹੋਏ ਨੇ, ਤੇ ਉਹ ਦੁਕਾਨਦਾਰ ਉਹਨੂੰ ਕਹਿੰਦਾ ਸਰ ਮਾਸਕ ਲੈ ਲੀਜੀਏ, ਆਪਸੇ ਪੈਸੇ ਨਹੀਂ ਲੂੰਗਾ, ਤੇ ਉਹ ਅੱਗੇ ਤੁਰ ਜਾਂਦਾ ਲੈਂਦਾ ਨੀ ਮਾਸਕ। ਦੇਖੋ ਕੁੰਭ ਦਾ ਮੇਲਾ, ਫਿਰ ਸਾਡੇ ਵੀ ਜਿਹੜਾ ਸੱਟ ਨੇ, ਕਦੇ ਅਨੰਦਪੁਰ ਸਾਹਿਬ ਕਦੇ ਨਨਕਾਣਾ ਸਾਹਿਬ, ਉਹ ਭਾਈ ਤੁਸੀਂ ਰੱਬ ਦਾ ਲੋਕ ਘਰ ਨਹੀਂ ਲੈ ਸਕਦੇ, ਕੀ ਤੁਸੀਂ ਕੁੰਭ ਦੇ ਮੇਲੇ 'ਚ ਨਹਾਉਂਦੇ ਹੋ, ਕੀ ਉਹ ਸਪੈਸ਼ਲ ਪਾਣੀ ਆ ਜਿਹੜਾ ਇੱਥੇ ਤੁਹਾਡੇ ਘਰਾਂ ਦੇ ਵਿੱਚ ਨਲਕਿਆਂ 'ਚ ਨਹੀਂ ਆਉਂਦਾ, ਪਰ ਹੱਦ ਹੀ ਹੈ ਜੀ, ਕੋਈ ਉੱਥੇ ਮਾਸਕ ਨਹੀਂ। ਦੇਖੋ ਬਿਮਾਰੀ ਲੈ ਕੇ ਆਏ ਤੇ ਪਏ ਨੇ ਹਸਪਤਾਲਾਂ 'ਚ, ਮਰ ਗਏ, ਹੁਣ ਕੁੰਭ ਦੇ ਮੇਲੇ ਕਿੱਥੋਂ ਜਾ ਕੇ ਜਾਣਗੇ? ਬਿਲਕੁਲ ਬਿਲਕੁਲ ਜੀ, ਕੁੰਭ ਦਾ ਮੇਲਾ ਅਗਲੇ ਸਾਲ ਨਹੀਂ ਸੀ ਲਾਇਆ ਜਾ ਸਕਦਾ। ਹੁਣ ਤੁਸੀਂ ਦੇਖੋ ਇੰਟਰਨੈਸ਼ਨਲ ਓਲੰਪਿਕ ਕਮੇਟੀ ਨੇ ਜਿਹੜੀ 2020 ਦੇ ਵਿੱਚ ਇਲੈਕਸ਼ਨ ਹੋਣੀਆਂ ਸੀ ਉਹ 2 ਸਾਲ ਸਸਪੈਂਡ ਕਰਤੀਆਂ, ਕੈਂਸਲ ਕਰਤੀਆਂ, 2022 ਹੋਣਗੀਆਂ ਬਿਲਕੁਲ ਜਪਾਨ ਟੋਕੀਓ ਦੇ ਵਿੱਚ। ਹਾਂਜੀ, ਕੀ ਇਹ ਇਲੈਕਸ਼ਨ ਸਸਪੈਂਡ ਨਹੀਂ ਕਰ ਸਕਦੇ? ਕੈਂਪੇ ਜਿਹੜਾ ਇਲੈਕਸ਼ਨ ਕਮਿਸ਼ਨ ਆ ਉਹਦੀ ਨਲਾਇਕੀ,
ਤੇ ਮੈਂ ਹੁਣ ਗੱਲ ਕਰਨੀ ਚਾਹੁੰਦਾ ਤੇ ਆਪਣੇ ਸ਼ੌਕਤ ਅਲੀ ਸਾਹਿਬ ਨੂੰ ਤੁਸੀਂ ਯਾਦ ਕੀਤਾ, ਤੁਹਾਡੀ ਬਹੁਤ ਬਹੁਤ ਮਿਹਰਬਾਨੀ। ਇਸ ਮਹਾਨ ਗਾਇਕ ਨੇ ਪੂਰੀਆਂ 6 ਸਦੀਆਂ ਪੰਜਾਬੀ ਜ਼ਬਾਨ ਦੀ ਸੇਵਾ ਕੀਤੀ ਜੀ, ਬਿਲਕੁਲ ਜੀ। ਤੇ ਬਿਮਾਰ ਪਏ ਸੀ ਉਸ ਵੇਲੇ ਗੱਲ ਆਖੀ ਸੀ ਕਿ ਜੇ ਮੈਂ ਦੁਬਾਰਾ ਇਸ ਧਰਤੀ ਤੇ ਆਵਾਂ ਤੇ ਫਿਰ ਮੈਨੂੰ ਪੰਜਾਬੀ ਜ਼ਬਾਨ ਦਾ ਦੀ ਸੇਵਾ ਕਰਨ ਦਾ ਮੌਕਾ ਮਿਲੇ ਤੇ ਮੈਂ ਸੇਵਾ ਕਰਾਂ। ਬਹੁਤ ਜੇ ਮੈਨੂੰ ਇੱਕ ਮੈਂ ਸੋਚਦਾ ਹੁੰਦਾ ਕਾਫੀ ਫਰਕ ਹੈ ਸਾਡੇ, ਚਲੋ ਗਾਉਣ ਦੇ ਵਿੱਚ ਤਾਂ ਹੈਗਾ ਹੀ ਆ, ਬਾਅਦ ਦੇ ਵਿੱਚ ਸਾਡੇ ਇੰਡੀਆ ਵਾਲੇ ਸਿੱਖਦੇ ਨੇ ਉਹ ਪਹਿਲਾਂ ਟ੍ਰੇਨ ਹੁੰਦੇ ਨੇ। ਦੂਜੀ ਗੱਲ ਇਹ ਕਿ ਪਾਕਿਸਤਾਨ ਦੇ ਵਿੱਚ ਕਦੇ ਕੋਈ ਇਹਨਾਂ ਦੀ ਫੀਮੇਲ ਜੋੜੀ ਨੀ ਦੇਖੀ ਜਿੱਦਾਂ ਆਪਣੇ ਇੰਡੀਆ ਚ ਹੁੰਦੀ ਹੈ। ਦੁਗਾਨਾ ਜੋੜੀ ਨੀ ਹੈਗੀ ਉੱਥੇ? ਹਾਂਜੀ, ਦੁਗਾਨਾ ਜੋੜੀ ਨੀ ਕੋਈ ਵੀ ਹੈਗੀ ਜੀ, ਬਿਲਕੁਲ। ਤੇ ਜਿਹੜੇ ਔਰਤਾਂ ਨੇ ਗਾਏ ਨੇ ਉਹਨਾਂ ਨੇ ਵੀ ਕੱਲੀਆਂ ਕੱਲੀਆਂ ਨੇ ਗਾਏ ਨੇ ਜੀ, ਜ਼ਿਆਦਾ ਪਤਾ ਨੀ ਉਹ ਇੱਕ ਦੂਜੇ ਨਾਲ ਮਿਲ ਕੇ ਗਾਣਾ ਪਸੰਦ ਨਹੀਂ ਕਰਦੇ। ਨਹੀਂ ਨਹੀਂ, ਇਹ ਸ਼ਾਇਦ ਉਹਨਾਂ ਦੇ ਕਲਚਰ ਦੀ ਗੱਲ ਹੈਗੀ। ਵੈਸੇ ਗਾਣੇ ਅਕਬਰ ਰਾਹੀ ਦੇ ਨਸੀਬੋ ਲਾਲ ਦੇ ਆਏ ਸੀ ਇਕੱਠੇ, ਸਟੇਜਾਂ ਤੇ ਨਹੀਂ ਕਦੇ ਗਾਏ ਕਿਸੇ ਨੇ, ਉਦਾਂ ਦੁਗਾਣੇ ਤਾਂ ਆਏ ਆ, ਫਿਲਮਾਂ ਫੁਲਮਾਂ 'ਚ ਆਏ ਨੇ, ਘੱਟ ਆਏ ਨੇ ਜੀ, ਘੱਟ ਫਿਲਮਾਂ 'ਚ ਤਾਂ, ਹਾਂ ਫਿਲਮਾਂ 'ਚ ਆਏ ਆ। ਤੇ ਪਰ ਜਿਹੜਾ ਇਹਨਾਂ ਦਾ ਗਾਣਾ ਹੈਗਾ ਨਾ ਮਾਵਾਂ ਠੰਡੀਆਂ ਛਾਵਾਂ ਇਸ ਤਰ੍ਹਾਂ ਦਾ, ਉਹ ਮੈਨੂੰ ਬੜਾ ਪਸੰਦ ਆ। ਨਹੀਂ ਉਹ ਦਿਖਾਊਂਗਾ ਜੀ, ਮੈਂ ਹੁਣ ਦਿਖਾਊਂਗਾ, ਲਾਈਨਅਪ ਕੀਤਾ ਹੋਇਆ। ਜੇ ਤੁਸੀਂ ਥੋੜ੍ਹਾ ਜਿਹਾ ਲਾ ਦੇਵੋ ਤਾਂ ਤੁਹਾਡੀ ਬਹੁਤ ਬਹੁਤ ਮਿਹਰਬਾਨੀ। ਮੈਂ ਕਹਿੰਦਾ ਅੱਲਾ ਉਹਨਾਂ ਨੂੰ ਜੰਨਤ ਨਸੀਬ ਕਰੇ ਤੇ ਜਿੱਥੇ ਵੀ ਉਹਨਾਂ ਦੀ ਰੂਹ ਜਾਵੇ ਉਹ ਉੱਥੇ ਸ਼ਾਂਤੀ ਨਾਲ ਰਹੇ ਤੇ ਉਹਨਾਂ ਨੂੰ ਉਹ ਜੰਨਤ ਅੱਲਾ ਉਹਨਾਂ ਨੂੰ ਜੰਨਤ ਨਸੀਬ ਕਰੇ ਤੇ ਖੁਸ਼ ਰਹੇ। ਬਿਲਕੁਲ ਬਿਲਕੁਲ, ਬਹੁਤ ਮਿਹਰਬਾਨੀ। ਵੈਸੇ ਵੀ ਉਹ ਗੀਤ ਮੈਂ ਜਿਵੇਂ ਪਹਿਲਾਂ ਦੱਸਿਆ ਉਹਨਾਂ ਨੇ ਗਾਇਆ ਜਦੋਂ ਉਹਨਾਂ ਦੀ ਮਦਰ ਫੌਤ ਹੋਈ ਸੀ ਉਦੋਂ ਹੀ ਉਹਨਾਂ ਨੇ ਗੀਤ ਗਾਇਆ ਸੀਗਾ। ਪਰ ਇੱਕ ਹੋਰ ਮੈਂ ਕਲਾਕਾਰ ਦੇ ਸਤਿਕਾਰ ਦੀ ਗੱਲ ਮੈਂ ਜ਼ਰੂਰ ਦੱਸਣੀ ਚਾਹੁੰਦਾ, ਉਹਨਾਂ ਦੀ ਜਿਹੜੀ ਕਿ ਸਾਡੇ ਇਹ ਵਾਲੇ ਕਲਾਕਾਰਾਂ ਦੇ ਵਿੱਚ ਘੱਟ ਪਾਈ ਜਾਂਦੀ ਮੈਨੂੰ ਲੱਗਦਾ, ਜਾਂ ਹੈ ਨਹੀਂ ਆ ਜਾਂ ਘੱਟ ਹੈ ਜਾਂ ਮਤਲਬ ਕਿ ਕੁਝ ਇੱਕ ਦੇ ਵਿੱਚ ਹੋ ਸਕਦੀ, ਕੋਈ ਇੱਕ ਅੱਧੇ ਪਰਸੈਂਟ ਦੇ ਵਿੱਚ। ਮੇਰੇ ਖਿਆਲ 1999 ਦੀ ਗੱਲ ਹੈ ਕਿ 1996 ਦੀ ਗੱਲ ਹੈ, ਇੱਥੇ ਕੈਨੇਡਾ ਆਏ ਸੀਗੇ ਗਾਉਣ, ਉਹ 99 ਦੀ ਹੋਈ ਆ, ਅਤੇ ਇੱਧਰੋਂ ਪੰਜਾਬ ਤੋਂ ਸੁਰਿੰਦਰ ਕੌਰ ਜੀ ਹੁਣੀ ਆਏ ਸੀਗੇ, ਅਤੇ ਉਹ ਇਕਬਾਲ ਮਾਹਲ ਸਾਹਿਬ ਆਪਣੀ ਕਿਤਾਬ ਦੇ ਵਿੱਚ ਦੱਸਦੇ ਆ ਵੀ ਹੋਟਲ ਦੇ ਵਿੱਚ ਉਹਨਾਂ ਨੂੰ ਮਿਲਣ ਗਏ, ਉਹਨਾਂ ਦਾ ਪ੍ਰੋਗਰਾਮ ਅਲੱਗ ਸੀ, ਸੁਰਿੰਦਰ ਕੌਰ ਦਾ ਅਲੱਗ ਸੀ, ਉਹ ਅਲੱਗ ਕਿਸੇ ਪ੍ਰਮੋਟਰ ਨਾਲ ਆਏ ਸੀਗੇ। ਕਰਦੇ ਕਰਾਉਂਦੇ ਉਹ ਕਹਿੰਦੇ ਮੈਂ ਹੋਟਲ ਦੇ ਵਿੱਚ ਕੀ ਕਰੂੰਗਾ ਵੀ ਤੁਹਾਡੇ ਘਰ ਮੇਰੇ ਪੈਣ ਜੋਗੀ ਜਗ੍ਹਾ ਹੈਗੀ, ਜਦ ਮੈਂ ਉੱਥੇ ਹੀ ਚੱਲਦਾ। ਚਲੋ ਸੁਰਿੰਦਰ ਕੌਰ ਜੀ ਆਏ ਨੇ, ਬਹੁਤ ਸਤਿਕਾਰ ਵਾਲੇ, ਇਹਨਾਂ ਨਾਲ ਗੱਲਾਂ ਕਰਨ ਦਾ ਹੋਰ ਮੌਕਾ ਮਿਲ ਜੂ। ਅਤੇ ਉਹ ਕਹਿੰਦੇ ਵੀ ਤੜਕੇ 4 ਵਜੇ ਤੱਕ ਇੱਦਾਂ ਗੱਲਾਂ ਗੁੱਲਾਂ ਕਰਦੇ ਰਹੇ, ਅਤੇ ਸਵੇਰੇ ਜਦੋਂ ਉੱਠੇ ਨਹਾ ਧੋ ਕੇ 3-4 ਘੰਟੇ ਸੌਣ ਤੋਂ ਬਾਅਦ ਅਤੇ ਜਾਣ ਲੱਗੇ, ਉਹਨਾਂ ਨੇ ਲੋਈ ਲਈ ਹੋਈ ਸੀ ਪਸ਼ਮੀਨ ਦੀ, ਪਸ਼ਮੀਨੇ ਦੀ ਲੋਈ ਪਾਕਿਸਤਾਨ ਦੀ ਮਸ਼ਹੂਰ ਹੁੰਦੀ ਆ ਗਰਮ, ਸ਼ੌਕਤ ਅਲੀ ਸਾਹਿਬ ਨੇ ਅਤੇ ਉਹ ਲਾ ਕੇ ਅਤੇ ਸੁਰਿੰਦਰ ਕੌਰ ਜੀ ਦੇ ਪੈਰਾਂ ਦੇ ਵਿੱਚ ਰੱਖਤੀ ਸਤਿਕਾਰ ਵਜੋਂ ਵੀ, ਮੇਰੇ ਨਾਚੀਜ਼ ਵੱਲੋਂ ਇਹੀ ਤੋਹਫ਼ਾ। ਅਤੇ ਮੈਂ ਚਾਹੁੰਦਾ ਵੀ ਜਦੋਂ ਤੁਹਾਨੂੰ ਠੰਡ ਲੱਗੇ ਤਾਂ ਤੁਸੀਂ ਇਹ ਲੋਈ ਪੈਰਾਂ ਦੇ ਉੱਪਰ ਰੱਖਣੀ ਹੈ, ਆਪਣੇ ਪੈਰਾਂ ਦੇ ਉੱਪਰ ਇਹ ਲੋਈ ਜਦੋਂ ਰੱਖੋਗੇ ਤਾਂ ਮੈਨੂੰ ਇਹ ਲੱਗੂਗਾ ਕਿ ਮੈਂ ਹੀ ਤੁਹਾਡੇ ਚਰਨਾਂ ਦੇ ਵਿੱਚ ਬੈਠਾ। ਸੋ ਇੱਕ ਬਹੁਤ ਹੀ ਸਤਿਕਾਰ ਕਰਨ ਵਾਲੇ ਉਹ ਸੀਗੇ। ਪੰਜਾਬ ਦੀ ਅਗਰ ਗੱਲ ਕਰਦੇ ਹੁੰਦੇ ਸੀ, ਦੋਨਾਂ ਪੰਜਾਬਾਂ ਦੀ ਗੱਲ ਕਰਦੇ ਸੀਗੇ ਹਮੇਸ਼ਾ, ਔਰ ਦੋਨਾਂ ਪੰਜਾਬਾਂ ਦਾ ਹੀ ਸਤਿਕਾਰ ਉਹ ਕਰਦੇ ਸੀਗੇ ਅਤੇ ਕਰਦੇ ਰਹੇ ਨੇ, ਬਹੁਤ ਹੀ ਵਧੀਆ ਇਨਸਾਨ। ਔਰ ਜਦੋਂ ਅਸੀਂ ਪਟਿਆਲੇ ਦੀ ਗੱਲ ਕਰਦੇ ਹਾਂ, ਭਗਵੰਤ ਮਾਨ ਸਾਹਿਬ ਦੇ ਵਿਆਹ 'ਤੇ ਆਏ ਸੀ, ਉਦੋਂ ਵੀ ਖੈਰ ਆਪਣੇ ਵੀ ਸਤਿਕਾਰ ਜਿਹੜਾ ਕਰਦੇ ਨੇ ਅਤੇ ਪੂਰਾ ਕਰਦੇ ਨੇ। ਜਦੋਂ ਵਿਆਹ ਦੇ ਉੱਪਰ ਉਹ ਆਪਣੀ ਪੇਸ਼ਕਾਰੀ ਕਰ ਰਹੇ ਸੀਗੇ ਸਟੇਜ ਦੇ ਉੱਪਰੋਂ, ਤਾਂ ਚਰਨਜੀਤ ਹੂਜਾ ਸਾਹਿਬ ਉੱਥੇ ਸੀਗੇ ਅਤੇ ਉਹਨਾਂ ਨੇ ਲਾ ਕੇ ਉਹਨਾਂ ਕੋਲ ਸ਼ਾਇਦ ਸੋਨੇ ਦੀ ਬਹੁਤ ਵੱਡੀ ਮੋਟੀ ਕੋਈ ਚੈਨੀ ਸੀ ਗੱਲ ਦੇ ਵਿੱਚ ਪਾਈ ਅਤੇ ਲਾ ਕੇ ਉਦੋਂ ਹੀ ਸ਼ੌਕਤ ਅਲੀ ਸਾਹਿਬ ਦੇ ਸਤਿਕਾਰ ਵਜੋਂ ਉਹਨਾਂ ਦੇ ਗੱਲ ਦੇ ਵਿੱਚ ਪਾ ਦਿੱਤੀ। ਸੋ ਸੰਗੀਤ ਦੀ ਕਹਿੰਦੇ ਕੋਈ ਜ਼ੁਬਾਨ ਨਹੀਂ ਹੁੰਦੀ, ਸੰਗੀਤ ਦੀ ਕੋਈ ਹੱਦ ਨਹੀਂ ਹੁੰਦੀ, ਸੰਗੀਤ ਸੰਗੀਤ ਹੀ ਹੁੰਦਾ। ਸੰਗੀਤ ਦੇ ਵਿੱਚ ਜਿਹੜੇ ਲਫ਼ਜ਼ ਹੁੰਦੇ ਨੇ ਉਹ ਅੰਗਰੇਜ਼ੀ ਦੇ ਹੋ ਸਕਦੇ, ਪੰਜਾਬੀ ਦੇ ਹੋ ਸਕਦੇ, ਹਰਿਆਣਵੀ ਹੋ ਸਕਦੇ ਜਾਂ ਕਿਸੇ ਹੋਰ ਭਾਸ਼ਾ ਦੇ ਹੋ ਸਕਦੇ ਨੇ। ਇੱਕ ਹੋਰ ਜਿਹੜੀ ਗੱਲ ਉਹਨਾਂ ਦੀ ਮੈਨੂੰ ਯਾਦ ਆ ਉਹ ਹੈਗੀ ਆ ਕਿ ਉਹ ਕਹਿੰਦੇ ਵੀ ਦੁਨੀਆ ਦੇ ਵਿੱਚ ਹਰ ਕ੍ਰਾਈਮ ਕਰਨ ਵਾਲੇ ਬੰਦੇ ਨੂੰ ਕੋਈ ਨਾ ਕੋਈ ਸਜ਼ਾ ਹੁੰਦੀ ਹੈ, ਅਤੇ ਬੇਸੁਰੇ ਗਾਉਣ ਵਾਲੇ ਵੀ ਉਹ ਕ੍ਰਾਈਮ ਤੋਂ ਘੱਟ ਨਹੀਂ ਹੈਗੇ, ਵੀ ਉਹਨਾਂ ਨੂੰ ਕੋਈ ਸਜ਼ਾ ਕਿਉਂ ਨਹੀਂ ਹੈਗੀ। ਚਲੋ ਉਹਨਾਂ ਦੀਆਂ ਆਪਾਂ ਗੱਲਾਂ ਬਾਤਾਂ ਕੀਤੀਆਂ, ਤੁਸੀਂ ਪਸੰਦ ਕੀਤੀਆਂ। ਅਖੀਰ ਦੇ ਵਿੱਚ ਇੱਕ ਹੋਰ ਦੁਖਦਾਈ ਖਬਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਜਿਵੇਂ ਅੱਜ ਕੱਲ੍ਹ ਤਾਂ ਇਉਂ ਲੱਗਦਾ ਵੀ ਫੇਸਬੁੱਕ ਅਤੇ ਵਟਸਐਪ ਖੋਲ੍ਹਣ ਤੋਂ ਡਰ ਹੀ ਲੱਗਦਾ, ਕੋਈ ਪਤਾ ਨਹੀਂ ਕਿਹੜੇ ਵੇਲੇ ਕਿਹਦੀ ਖਬਰ ਆ ਜਾਣੀ ਹੈ, ਕਿਸੇ ਆਪਣੇ ਜਾਣ ਪਛਾਣ ਵਾਲੇ ਦੀ, ਮਿੱਤਰ ਪਿਆਰੇ ਦੀ, ਭੈਣ ਭਰਾ ਦੀ, ਰਿਸ਼ਤੇਦਾਰ ਦੀ।
ਕਿਹਦੀ ਖਬਰ ਮੰਦਭਾਗੀ ਆ ਜਾਣੀ ਹੈ, ਕਿਉਂਕਿ ਮੰਦਭਾਗੀਆਂ ਖਬਰਾਂ ਦਾ ਹੀ ਦੌਰ ਚੱਲ ਰਿਹਾ ਜ਼ਿਆਦਾਤਰ। ਸਾਡੇ ਦਰਸ਼ਕਾਂ ਨੂੰ ਯਾਦ ਹੋਏਗਾ ਇੱਕ ਗੀਤ ਬੜੇ ਹਿੱਟ ਹੋਏ ਸੀ, ਹਰਦੀਪ ਚੰਡੀਗੜ੍ਹ ਦਾ ਹੈਗਾ, ਚੰਡੀਗੜ੍ਹ ਹਰਦੀਪ ਮਸ਼ਹੂਰ ਸੀਗਾ ਜਿਹਦੇ ਗੀਤ, ਸ਼ਹਿਰ ਪਟਿਆਲੇ ਦੇ ਮੁੰਡੇ ਮੁਸ਼ਫੁੱਟ ਗੱਭਰੂ ਨੇ ਸੋਹਣੇ ਉਹਨਾਂ ਨੇ ਗਾਏ ਸੀਗੇ, ਉਹਨਾਂ ਨੂੰ ਚਰਚਾ ਵੀ ਇਸੇ ਗੀਤ ਤੋਂ ਮਿਲੀ ਸੀ। ਉਹ ਗੀਤ ਦੇ ਜਿਹੜੇ ਗੀਤਕਾਰ ਸੀਗੇ ਉਹਨਾਂ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਪਤਾ ਹੋਇਆ, ਗਿੱਲ ਹਰਦੀਪ ਗਿੱਲ ਸੁਰਜੀਤ ਉਹਨਾਂ ਨੇ ਗੀਤ ਲਿਖੇ ਸੀ ਬਹੁਤ ਸਾਰੇ, ਅਤੇ ਬਹੁਤ ਕਲਾਕਾਰਾਂ ਨੇ ਉਹਨਾਂ ਦੇ ਗੀਤ ਗਾਏ ਵੀ, ਮਲਕੀਤ, ਪਰਵਿੰਦਰ ਧਾਮੀ, ਸੁਰਿੰਦਰ ਕੌਰ ਜੀ, ਬਹੁਤ ਸਾਰੇ ਹੋਰ ਅਨੇਕਾਂ ਕਲਾਕਾਰ, ਮੇਰੇ ਖਿਆਲ ਸੁਰਿੰਦਰ ਸ਼ਿੰਦਾ, ਸਾਰਿਆਂ ਨੇ ਗੀਤ ਉਹਨਾਂ ਦੇ ਗਾਏ ਸੀ ਗਿੱਲ ਸੁਰਜੀਤ ਦੇ। ਉਹਨਾਂ ਦੀ ਵੀ ਡੈਥ ਹੋ ਗਈ ਆ ਪਿਛਲੇ ਦਿਨਾਂ ਦੇ ਵਿੱਚ, ਬਹੁਤ ਵਧੀਆ ਗੀਤਕਾਰ ਸੀਗੇ, ਬਹੁਤ ਵਧੀਆ ਇਨਸਾਨ ਸੀ, ਪਟਿਆਲੇ ਉਹ ਰਹਿੰਦੇ ਸੀਗੇ, ਉਹਨਾਂ ਨਾਲ ਵੀ ਕਾਫੀ ਵਾਰ ਮਿਲਵਰਤਨ ਦਾ ਮੌਕਾ ਮਿਲਿਆ ਸੀਗਾ ਇਹਨਾਂ ਨਾਲ, ਹਰਦੀਪ ਉਹਨਾਂ ਦੇ ਨਾਲ। ਸੋ ਇਹ ਵੀ ਬੜੀ ਮੰਦਭਾਗੀ ਖਬਰ ਹੈਗੀ, ਬਹੁਤ ਸਾਰੇ ਦਰਸ਼ਕ ਜਾਣਦੇ ਹੋਣਗੇ। ਸੋ ਅਸੀਂ ਗਿੱਲ ਸੁਰਜੀਤ ਸਾਹਿਬ ਦੇ ਆਕਾਸ਼ ਚਲਾਣ 'ਤੇ ਵੀ ਜਿਹੜੀ ਆ ਉਹ ਅਫਸੋਸ ਜ਼ਾਹਰ ਕਰਦੇ ਹਾਂ ਜਸ ਬ੍ਰੋਡਕਾਸਟਿੰਗ ਵੱਲੋਂ। ਸੋ ਅੱਜ ਦਾ ਪ੍ਰੋਗਰਾਮ ਸਮਾਪਤ ਕਰਦਾ ਜੀ, ਰਲਿਆ ਮਿਲਿਆ ਪ੍ਰੋਗਰਾਮ ਲੈ ਕੇ ਹਾਜ਼ਰ ਸੀ ਤੁਹਾਡੇ ਸਾਹਮਣੇ, ਉਮੀਦ ਕਰਦਾ ਫਿਰ ਵੀ ਠੀਕ ਲੱਗਿਆ ਹੋਊਗਾ ਪ੍ਰੋਗਰਾਮ। ਕੋਈ ਜਾਣਕਾਰੀ ਚਾਹੁੰਦੇ ਹੋ ਕਿ ਜਾਣਕਾਰੀ ਦੇਣੀ ਚਾਹੁੰਦੇ ਹੋ, ਪੂਰੀ ਦੁਨੀਆ ਦੇ ਵਿੱਚ ਸਾਂਝੀ ਕਰਨੀ ਚਾਹੁੰਦੇ ਹੋ ਜਾਣਕਾਰੀ ਸਾਡੇ ਪੰਜਾਬੀਆਂ ਦੇ ਨਾਲ, ਤਾਂ ਈਮੇਲ ਕਰ ਸਕਦੇ ਹੋ jaggi@jasbroadcasting.com ਜਾਂ ਫਿਰ info@jasbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ ਹੈ, ਵਟਸਐਪ ਦਾ ਨੰਬਰ ਸਾਡਾ 7188884090, ਇਹਦੇ 'ਤੇ ਤੁਸੀਂ ਟੈਕਸ ਕਰ ਸਕਦੇ ਹੋ। ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈਗਾ 209-450-3362। ਕੋਈ ਵੀ ਈਵੈਂਟ ਆਉਣ ਵਾਲੇ ਦਿਨਾਂ ਦੇ ਵਿੱਚ ਕਰਦੇ ਹੋ, ਕਿਤੇ ਨਾ ਕਿਤੇ ਲਾਈਵ ਕਰਨੀ ਚਾਹੁੰਦੇ ਹੋ ਜਾਂ ਖਬਰਾਂ ਦੇਣੀਆਂ ਚਾਹੁੰਦੇ ਹੋ, ਤਾਂ ਜ਼ਰੂਰ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋ। ਨਾਲ ਦੀ ਨਾਲ ਪੂਰੇ ਅਮਰੀਕਾ ਦੇ ਵਿੱਚੋਂ ਕਿਸੇ ਸ਼ਹਿਰ ਵਿੱਚੋਂ ਤੁਸੀਂ ਜਸ ਪੰਜਾਬੀ ਦੇ ਨਾਲ ਜੁੜਨਾ ਚਾਹੁੰਦੇ ਹੋ ਸਾਡੇ, ਤਾਂ ਉਹ ਵੀ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ 209-450-3362। ਅਸੀਂ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਅਲੱਗ ਅਲੱਗ ਸਾਡੇ ਜਿਹੜੇ ਕੋਈ ਹੈਗੇ ਨੇ ਪੰਜਾਬੀ, ਉਹ ਪੰਜਾਬੀ ਕਮਿਊਨਿਟੀ ਦੀਆਂ ਖਬਰਾਂ ਇਕੱਠੀਆਂ ਕਰਨ ਵਾਸਤੇ, ਉੱਥੋਂ ਦੀ ਬਿਜ਼ਨਸ ਦੀਆਂ ਐਡਾਂ ਵਗੈਰਾ ਇਕੱਠੀਆਂ ਕਰਨ ਵਾਸਤੇ ਅਸੀਂ ਅੱਜ ਕੱਲ੍ਹ ਰੱਖ ਰਹੇ ਹਾਂ ਹਰ ਸ਼ਹਿਰ ਦੇ ਵਿੱਚ, ਹਰ ਸਟੇਟ ਦੇ ਵਿੱਚ। ਤੁਸੀਂ ਵੀ ਕਿਸੇ ਵੀ ਸਟੇਟ ਦੇ ਵਿੱਚੋਂ ਤਾਂ ਜੁੜਨਾ ਚਾਹੁੰਦੇ ਹੋ ਜਸ ਪੰਜਾਬੀ ਦੇ ਨਾਲ, ਤਾਂ ਜ਼ਰੂਰ ਕਾਲ ਕਰੋ 209-450-3362। ਹੁਣ ਉਮੀਦ ਕਰਦਾ ਅੱਜ ਦਾ ਪ੍ਰੋਗਰਾਮ ਤੁਹਾਨੂੰ ਜਿਹੜਾ ਪਸੰਦ ਆਇਆ ਹੋਊਗਾ। ਮੈਨੂੰ ਦਿਓ ਆਗਿਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।